चिंता मुक्त रहें इस दुनिया ते, तू खुशनुमा इंसान बने, मेरी हर दुआ तेरी जिंदगी लई हर वेले वरदान बने। साडे नाल बहुत ही लोगों के स्ट्रैस चिंतावां दूर करने वाले अपने दवाइया के जरिए अपन गलां बातों के जरिए लोगों की स्ट्रैस चिंता दूर करके उन्होंने खुशीनुमा जिंदगी देने वाले सुभाष गोयल जी एम डी आयुर्वेद वरदान साडे नाल जुड़े ने। अज आपां दो तीन टॉपिकां ते उन्हां दे नाल गलबात करांगे। सब तो पहला गोयल साहब तुहाड़ा स्वागत है जी, साडे नाल जुड़न वास्ते तुसीं टाइम दिता रुझेवें भरी जिंदगी दे विचों। सो असी सब तो पहला तुहाडे नाल चिंता ते स्ट्रैस ते ही गल करनी चाहांगे कि इदां दा दौर आ चुकिया, लोग घरां दे विच आपसी रिश्तियां दे विच भी इन्ने विगाड़ पै चुके हैं ते आम भी समाजिक तौर पर भी जे देखिए हर बंदा स्ट्रैस दे विच चिंता दे विच चल रहा है। ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ ਤੇ ਇਹਦਾ ਇਲਾਜ ਕੀ ਹੈ ਕਿ ਇਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ? ਮਨ ਸਭ ਗੱਲਾਂ ਦੋ ਹੈ ਜੀ, ਕਿਸੇ ਨੂੰ ਤਾਂ ਚਿੰਤਾ ਜਿਉਣ ਦੀ ਆ, ਕਿਸੇ ਨੂੰ ਮਰਨ ਦੀ ਆ ਜੀ। ਕਈ ਜਿਉਣ ਤੋਂ ਔਖੇ ਆ, ਕਈ ਮਰਨ ਤੋਂ ਔਖੇ ਆ। ਰੌਲਾ ਕਿੱਥੇ ਹੈ ਕਿ ਦੇਖੋ ਸਟ੍ਰੈਸ ਹੈ ਹਰ ਇੱਕ ਕਿਸੇ ਨੂੰ ਹੈ, ਮੈਨੂੰ ਵੀ ਹੋਊਗਾ, ਇਹਨੂੰ ਵੀ ਹੋਊਗਾ, ਉਹਨੂੰ ਵੀ ਹੋਊਗਾ, ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਵੀ ਹੋਊਗਾ, ਜਿਹੜਾ ਆਪਾਂ ਨੂੰ ਲੱਗਦਾ ਵੀ ਦੁਨੀਆ ਦਾ ਸਭ ਤੋਂ ਮਤਲਬ ਖੁਸ਼ਹਾਲ ਇਨਸਾਨ ਹੈ ਉਹਨੂੰ ਵੀ ਕਿਤਨਾ ਜੀ ਬਿਲਕੁਲ। ਪਰ ਇੱਕ ਸਟ੍ਰੈਸ ਜਿਹੜਾ ਹੁੰਦਾ ਉਹ ਹੁੰਦਾ ਜਿਹੜਾ ਜਿੰਨ ਦੀ ਤਰ੍ਹਾਂ ਤੁਹਾਨੂੰ ਚੰਬੜ ਜਾਂਦਾ, ਦਿਨ ਨੂੰ ਵੀ ਰਾਤ ਨੂੰ ਵੀ ਅੰਦਰੋਂ ਖਾਈ ਜਾਂਦਾ। ਉਹ ਜਦੋਂ ਸਟ੍ਰੈਸ ਤੁਹਾਨੂੰ ਪੈਦਾ ਹੁੰਦਾ ਫਿਰ ਉਹ ਹੌਲੀ 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 ਤੁਹਾਡੇ ਬ੍ਰੇਨ ਦੇ ਹਾਰਮੋਨਸ ਨੂੰ ਡੈਮੇਜ ਕਰਦਾ, ਫਿਰ ਤੁਹਾਡੇ ਲੀਵਰ 'ਤੇ ਅਸਰ ਪੈਂਦਾ, ਫਿਰ ਤੁਹਾਡੇ ਹਰ ਔਰਗਨ 'ਤੇ। ਜਦੋਂ ਤੁਸੀਂ ਇੱਥੋਂ ਸਟ੍ਰੈਸ ਲੈਂਦੇ ਹੋ ਤਾਂ ਉਹ ਤੁਹਾਡੇ ਹਰ ਔਰਗਨ 'ਤੇ ਬੈਡ ਇਫੈਕਟ ਪਾਉਂਦਾ ਜੀ 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 ਜਿਹਨੋ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੋਂ ਖੁਸ਼ ਰਹਿੰਦੇ ਹੋ ਤਾਂ ਨੈਚੁਰਲੀ ਤੁਹਾਡੀਆਂ ਬਹੁਤ ਚੀਜ਼ਾਂ ਅੰਦਰੋਂ ਖੁਸ਼ ਰਹਿੰਦੀਆਂ ਨੇ। ਬਿਲਕੁਲ ਬਿਲਕੁਲ। ਸਟ੍ਰੈਸ ਜਿਹੜਾ ਹੈਗਾ ਤੁਹਾਡੇ ਔਰਗਨ ਨੂੰ ਸਕੋੜਦਾ, ਉਹਨੂੰ ਵੀਕ ਕਰਦਾ। ਇਹਦੇ ਕਰਕੇ ਜਿਹੜਾ ਸਟ੍ਰੈਸ ਦਾ ਇਨਸਾਨ ਹੁੰਦਾ ਉਹਨੂੰ ਆਪਾਂ ਕਈ ਵਾਰੀ ਕਹਿੰਦੇ ਨਹੀਂ ਕਿਵੇਂ ਟੈਨਸ਼ਨ ਜੀ ਜੋ ਤੁਰਿਆ ਫਿਰਦਾ ਉਹਦੀ ਸ਼ਕਲ 'ਤੇ ਆ ਜਾਂਦਾ ਸਟ੍ਰੈਸ, ਫੇਸ 'ਤੇ ਆ ਜਾਂਦਾ, ਫੇਸ 'ਤੇ ਆ ਜਾਂਦਾ, ਉਹ ਹੁੰਦਾ ਸਟ੍ਰੈਸ। ਇੱਦਾਂ ਦਾ ਜਿਹਨੂੰ ਸਟ੍ਰੈਸ ਹੈਗਾ, ਮੈਂ ਸਭ ਤੋਂ ਪਹਿਲਾਂ ਤਾਂ ਉਹਨੂੰ ਇਹੀ ਗੱਲ ਕਹੂੰਗਾ, ਜਦੋਂ ਮੇਰੇ ਕੋਲ ਲੋਕ ਆਉਂਦੇ ਆ ਇੱਦਾਂ ਦੇ, ਅਸੀਂ ਬੜਾ ਉਹਨਾਂ ਨਾਲ ਕਾਉਂਸਲਿੰਗ ਵੀ ਕਰਦੇ ਹਾਂ, ਟਾਈਮ ਵੀ ਲਾਉਂਦੇ ਹਾਂ, ਮੇਰੀ ਤਾਂ ਉਹਨਾਂ ਨਾਲ ਕਾਉਂਸਲਿੰਗ ਇੰਨੀ ਲੰਬੀ ਹੋ ਜਾਂਦੀ ਹੈ, ਕਈ ਵਾਰੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਿੰਨਾ ਟਾਈਮ ਲੱਗ ਗਿਆ। ਪਰ ਇਹ ਜ਼ਰੂਰ ਹੁੰਦਾ ਵੀ ਜਦੋਂ ਉੱਠ ਕੇ ਜਾਂਦਾ ਫਿਰ ਉਹਦੇ ਕੋਲ ਉਹ ਜਿਹੜਾ ਪ੍ਰੇਤ ਹੁੰਦਾ ਸਟ੍ਰੈਸ ਵਾਲਾ, ਉਹ ਨਹੀਂ ਉਸ ਟਾਈਮ ਹੁੰਦਾ ਉਹਦੇ ਨਾਲ, ਉਹ ਉਸ ਟਾਈਮ ਸਾਡੇ ਕੋਲ ਹੀ ਛੱਡ ਜਾਂਦਾ, ਅਸੀਂ ਉਹਨੂੰ ਡੱਬੀ 'ਚ ਪਾ ਕੇ ਰੱਖ ਲੈਂਦੇ ਹਾਂ। ਉਹ ਡੱਬੀ ਕਿਹੜੀ ਹੈ? ਕਿੱਕਰ ਦੇ ਤੁੱਕਿਆਂ ਦੀ ਡੱਬੀ ਆ ਜੀ ਜੀ ਜੀ। ਤੁਸੀਂ ਦੇਖੋ ਕਿੱਕਰ ਦਾ ਤੁੱਕਾ, ਕਿੱਕਰ ਦਾ ਸੱਕ, ਕਿੱਕਰ ਦੀ ਦਾਤਣ, ਇਹਦੀ ਕੋਈ ਗੱਲਬਾਤ ਹੈ? ਅਸੀਂ ਜਦੋਂ ਸਮਝਾਉਂਦੇ ਹਾਂ, ਮੈਂ ਕਹਿੰਦਾ ਵੀ ਸਾਡੀ ਕਿੱਕਰ ਦੇ ਤੁੱਕਿਆਂ ਤੋਂ ਬਣਾਇਆ ਪਾਊਡਰ ਹੈ ਜੀ, ਆਹ ਡੱਬੀ ਦੇ ਵਿੱਚ ਪ੍ਰੋਪਰ ਫਾਰਮੂਲਾ ਲਿਖਿਆ ਹੋਇਆ, ਇਕੱਲਾ ਲਿਖਿਆ ਇਹਦੇ ਉੱਤੇ ਕਿੱਕਰ ਪੰਚਾਂਗ ਓਨਲੀ 1000 ਮਿਲੀਗ੍ਰਾਮ, ਮਤਲਬ ਇੱਕ ਚਮਚ ਦੇ ਵਿੱਚ 1 ਗ੍ਰਾਮ ਦੇ ਵਿੱਚ ਇੱਕ ਪੂਰੀ ਕਿੱਕਰ ਦਾ ਪੰਚਾਂਗ ਪਾਇਆ ਜੀ, ਕੁਛ ਵੀ ਨਹੀਂ ਪਾਇਆ। ਆਮ ਲੋਕਾਂ ਦੇ ਵਿੱਚੋਂ ਕਿੱਕਰ ਲਈ ਅਤੇ ਉਹਦੇ ਵਿੱਚੋਂ ਬਣਾ ਲਿਆ, ਅਸੀਂ ਕਿਹੜਾ ਕੋਈ ਜਾਦੂ ਕੀਤਾ? ਪਰ ਇਹਦੇ ਵਿੱਚ ਆਪਦੇ ਆਪ 'ਚ ਇੱਕ ਜਾਦੂ ਹੈ, ਇਹ ਤੁਹਾਡੇ ਅੰਦਰ ਬੀਰਜ ਨੂੰ ਡਿਵੈਲਪ ਕਰਦਾ ਜੀ, ਨਵਾਂ ਬੀਰਜ। ਹੁਣ ਜਿਵੇਂ ਕਈਆਂ ਦਾ ਨਸ਼ਾ ਕਰਕੇ ਬੀਰਿਆ ਸੁੱਕਿਆ ਪਿਆ, ਉਹਨਾਂ ਦੇ ਅੰਦਰ ਜਾਨ ਹੀ ਨਹੀਂ ਹੈ, ਉਹ ਕਹਿੰਦੇ 2-2, 4-4 ਸਾਲ ਹੋ ਗਏ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਵੀ ਕੀ ਹੁੰਦਾ। ਅਤੇ ਇਸੇ ਤਰ੍ਹਾਂ ਕਈਆਂ ਦਾ ਸਟ੍ਰੈਸ ਕਰਕੇ ਆ, ਕਈਆਂ ਦੇ ਮਤਲਬ ਲਾਈਫ ਦੇ ਵਿੱਚ ਇਹ ਚੀਜ਼ਾਂ ਹੈ ਹੀ ਨਹੀਂ ਤਾਂ ਕਰਕੇ ਆ, ਤਾਂ ਉਹਨਾਂ ਨੂੰ ਫਿਰ ਅਸੀਂ ਕਹਿੰਦੇ ਹੁੰਦੇ ਹਾਂ ਕਿ ਕਿੱਕਰ ਲੈ ਲਓ, ਕਿੱਕਰ ਦੇ ਤੁੱਕੇ ਲੈ ਲਓ, ਕਿਸੇ ਗਰੀਬ ਨੂੰ ਦਿਓ 200 ਰੁਪਈਆ, ਉਹ ਤੁਹਾਨੂੰ 4-5 ਬੋਰੀਆਂ ਸ਼ਾਮ ਨੂੰ ਭਰ ਕੇ ਦੇ ਦਿਓ 200 ਰੁਪਈਏ 'ਚ, ਕਿਉਂਕਿ ਉਹਨੇ ਤਾਂ ਬੱਕਰੀਆਂ ਚਾਰਨੀਆਂ ਨਾਲ ਤੋੜ ਦੂਗਾ। ਉਹਨਾਂ ਨੂੰ ਜਾ ਕੇ ਘਰੇ ਸਾਵੇਂ ਸੁਕਾ ਲਓ, ਸਾਵੇਂ ਸੁਕਾ ਕੇ ਉਹਨਾਂ ਨੂੰ ਮਿਕਸੀ 'ਚ ਪਾ ਕੇ ਗ੍ਰਾਇੰਡ ਕਰਕੇ ਪਾਊਡਰ ਬਣਾ ਲਓ। ਉਹ ਜਿਹੜਾ ਪਾਊਡਰ ਹੈ ਉਸ ਪਾਊਡਰ ਨੂੰ ਤੁਸੀਂ ਪਿੰਡੇ 'ਤੇ ਮਲੋ ਨਹਾਉਣ ਤੋਂ ਪਹਿਲਾਂ ਪਾਣੀ 'ਚ ਘੋਲ ਕੇ, ਤੁਸੀਂ ਦੇਖਿਓ ਕਿਆ ਕਹਿੰਦੀ ਸਕਿੰਨ ਤੁਹਾਡੀ। ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦਿਓ ਪਾਣੀ 'ਚ, ਰਾਤ ਨੂੰ 1 ਚਮਚਾ ਪਾ ਦਿਓ, ਸਵੇਰੇ ਖਾਲੀ ਪੇਟ ਪੀ ਲਓ। ਗੱਲ ਸੁਣ ਲਓ ਮੰਡ ਸਾਹਿਬ, ਅੱਜ ਕਿੱਕਰ 'ਤੇ ਘੁਮਾਉਣੀ ਆ ਅਸੀਂ ਦੁਨੀਆ, ਕਿਉਂਕਿ ਕਿੱਕਰਾਂ ਨੂੰ ਲੋਕਾਂ ਨੇ ਕਹਿੰਦਾ ਵੀ ਇਹ ਤਾਂ ਭੂਤਾਂ ਦਾ ਵਾਸ ਹੀ ਹੁੰਦਾ, ਜਦਕਿ ਉਹ ਤਾਂ ਜ਼ਿੰਦਗੀ ਆ। ਨਹੀਂ ਉਹੀ ਵੀ ਕਿੱਕਰਾਂ 'ਤੇ ਘੁਮਾਉਣੀ ਹੈ, ਕਿੱਕਰਾਂ 'ਤੇ ਕਹਿੰਦੇ ਹੁੰਦੇ ਸੀ ਵੀ ਲੋਕਾਂ ਨੇ ਕਿੱਕਰ ਨੂੰ ਹੋਰ ਪਾਸੇ ਜੋੜਿਆ, ਤੁਸੀਂ ਕਿੱਕਰ ਤੋਂ ਫਾਇਦੇ ਲੈ ਕੇ ਲੋਕਾਂ ਨੂੰ ਠੀਕ ਕਰ ਰਹੇ ਹੋ। ਲੋਕ ਕਹਿੰਦੇ ਸੀ ਕਿੱਕਰ 'ਤੇ ਕਾਟੋ ਰਹਿੰਦੀ, ਕੱਲਾ ਨਾ ਜਾਈ ਖੇਤ ਨੂੰ, ਲੋਕਾਂ ਨੇ ਲੋਕ ਬੋਲੀਆਂ ਵੀ ਬਣਾਈਆਂ ਨੇ। ਪਰ ਉਸੇ ਕਿੱਕਰ 'ਚ ਤੰਦਰੁਸਤੀ ਦੇ ਕਿੰਨੇ ਰਾਜ ਛੁਪੇ ਹੋਏ ਹੈ, ਉਹ ਜਾਂ ਰਾਜ ਧਾਲੀਵਾਲ ਜੀ ਨੂੰ ਪਤਾ ਜਾਂ ਫਿਰ ਤੁਸੀਂ ਦੱਸ ਸਕਦੇ ਹੋ ਜੀ। ਸਰ ਰਾਜ ਧਾਲੀਵਾਲ ਜੀ ਨੂੰ ਜ਼ਰੂਰ ਪਤਾ ਹੋਊਗਾ ਜੀ, ਕਿਉਂਕਿ ਇਹਨਾਂ ਨੇ ਪੇਂਡੂ ਜੀਵਨ ਹੰਢਾਇਆ ਹੋਇਆ, ਅਸੀਂ ਛੋਟੇ ਹੁੰਦੇ ਤੁੱਕਿਆਂ ਦਾ ਅਚਾਰ ਖਾਦਾ ਹੋਇਆ, ਔਰ ਕਿੱਕਰ ਦੀ ਗੂੰਦ ਵੀ ਉਂਗਲੀਆਂ ਮਾਰ ਮਾਰ ਡੱਕਿਆਂ ਨਾਲ ਗੰਢ ਗੰਢ ਖਾਦੀ ਹੈ। ਉਹੀ ਗੂੰਦ ਹੈ ਜਿਹੜੀ ਹੁਣ ਸਿਰ ਚੜ੍ਹ ਕੇ ਬੋਲਦੀ ਆ, ਦੱਸਦੀ ਆ ਅੰਦਰ ਕਿ ਹਾਂ ਠੀਕ ਆ। ਪਰ ਜਿਹੜੀ ਕਿੱਕਰ ਹੈ ਨਾ ਜੀ, ਉਹਦੇ ਹੁਣ ਤੁਸੀਂ ਦੇਖੋ ਦਾਤਨ ਕਰਦੇ ਸੀ, ਔਰ ਜਿਹੜੇ ਲੋਕੀ ਕਿੱਕਰ ਦੀ ਦਾਤਨ ਕਰਦੇ ਆ ਕੁਛ ਵੀ ਨਹੀਂ ਹੁੰਦਾ ਜੀ।
ਹੁਣ ਜਿਹੜੇ ਲੋਕ ਬਰੱਸ਼ ਕਰਦੇ ਆ ਉਹਨਾਂ ਦੇ ਰੋਜ਼ ਡੈਂਟਿਸਟ ਕੋਲ ਜਾਣਾ ਪੈਂਦਾ ਹੈ ਨਾ, ਅਤੇ ਹੁਣ ਅਸੀਂ ਇਹਨੂੰ ਕੀ ਕੀਤਾ, ਇਹਨੂੰ ਅਸੀਂ ਬਣਾਇਆ ਉਹ ਕਿੱਕਰ ਕੀ, ਤੁਹਾਨੂੰ ਕਿਤੇ ਜਾ ਕੇ ਕਿੱਕਰ ਦੇ ਕੰਡਿਆਂ 'ਚ ਹੱਥ ਮਾਰਨ ਦੀ ਲੋੜ ਨਹੀਂ, ਤੁਸੀਂ ਗੋਇਲ ਦੇ ਬੱਚੇ ਪਾਲਣ ਦੀ ਸੋਚੋ ਹੈ ਨਾ, ਅਤੇ ਕਿੱਕਰਾਂ ਨੂੰ ਅਸੀਂ ਆਪੇ ਕਰ ਲਵਾਂਗੇ, ਕਿੱਕਰਾਂ ਅਸੀਂ ਪਾਲ ਕੇ ਕਾਟੋ ਦੇ ਬੱਚੇ ਪਾਲਣ ਦਾ ਪ੍ਰਬੰਧ ਅਸੀਂ ਕਰ ਲਵਾਂਗੇ, ਅਤੇ ਇਹ ਕੀ ਹੈ, ਹੁਣ ਇਹਨੂੰ ਕੀ ਕੀਤਾ, ਇਹਦਾ ਪਾਊਡਰ ਕੱਢੋ ਜੀ, ਉਹ 'ਚ ਬਰੱਸ਼ ਨੂੰ ਲਵੇੜ ਲਓ, ਦੰਦਾਂ 'ਤੇ ਮੰਜਣ ਕਰੋ, ਇੱਕ ਚਮਚਾ ਰਾਤ ਨੂੰ ਮੈਂ ਕਹਿਤਾ ਚੰਗੀ ਤਰ੍ਹਾਂ ਭਿਉਂ ਕੇ ਸਵੇਰੇ ਪੀਓ, ਪਿੰਡੇ 'ਤੇ ਮਲਣਾ ਸਾਬਣ ਦੀ ਜਗ੍ਹਾ ਪਿੰਡੇ 'ਤੇ ਇਹਨੂੰ ਮਲ ਕੇ ਚੰਗੀ ਤਰ੍ਹਾਂ ਨਹਾਵੋ, ਤੁਹਾਨੂੰ ਪਤਾ ਲੱਗੂ ਤੁਹਾਡੀ ਸਕਿੰਨ ਕਹਿੰਦੀ ਕੀ ਹੈ ਜੀ, ਮਤਲਬ ਇਹ ਜਿਹੜੀ ਚੀਜ਼ ਆ ਇਹਦੀ ਦਾਤਣ ਵੀ ਕਮਾਲ ਹੈ ਇਸੇ ਦੀ, ਪਾਊਡਰ ਨੂੰ ਮੰਜਣ ਕਰ ਦਿਓ, ਕੁਛ ਨਹੀਂ ਮਿਕਸ ਕੀਤਾ ਹੋਇਆ ਮੈਂ ਇਹਦੇ 'ਚ, ਪਲੇਨ ਹੈ, ਅਤੇ ਇਹ ਜਿਹੜੀ ਚੀਜ਼ ਹੈ ਇਹਨੂੰ ਘਰੇ ਬਣਾਓ, ਕਿੱਕਰਾਂ ਤੁਹਾਡੇ ਆਸ ਪਾਸ ਨੇ, ਲਿਆਓ ਉਹਦੀ ਲੁੰਗ ਲੈ ਲਓ, ਉਹਦੇ ਡੱਕੇ ਲੈ ਲਓ, ਉਹਦਾ ਸੱਕ ਲੈ ਲਓ, ਉਹਦਾ ਜਿਹੜਾ ਤੁੱਕ ਹੈ ਉਹਦਾ ਫਲ ਹੈ ਫਲੀ ਹੈ ਉਹ ਲੈ ਲਓ, ਮਤਲਬ ਇਹਨਾਂ ਚੀਜ਼ਾਂ ਨੂੰ ਲੈ ਕੇ ਸੁਕਾ ਕੇ ਇਹਦਾ ਪਾਊਡਰ ਬਣਾਓ, ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਵੀ ਗੋਇਲ ਸਾਹਿਬ ਨੇ ਕੋਈ ਗੱਲ ਦੱਸੀ ਸੀ, ਕਿਉਂ, ਕਿਉਂਕਿ ਇਹ ਤੁਹਾਡੀ ਬਾਡੀ ਦੇ ਵਿੱਚ ਕੋਈ ਵੀ ਬਲੋਕੇਜ ਨਹੀਂ ਰਹਿਣ ਦਊਗਾ, ਐਸੀ ਚੀਜ਼ ਆ, ਤੁਹਾਡੀ ਬਾਡੀ ਦੇ ਵਿੱਚ ਹਾਰਟ ਬ੍ਰੇਨ ਔਰ ਲੀਵਰ ਇੰਨਾ ਸਟਰੋਂਗ ਹੋ ਜਾਊਗਾ, ਤੁਸੀਂ ਸਵੇਰੇ ਦੇਖੋਗੇ, ਤੁਸੀਂ ਚਾਹ ਪੀਂਦੇ ਹੋ, ਮੈਂ ਕਹਿੰਦਾ ਪੀਓ, ਮੈਂ ਰੋਕ ਕੇ ਕੀ ਲੈਣਾ, ਚਾਹ ਵਾਲਿਆਂ ਦੀ ਦੁਕਾਨਦਾਰੀ ਵੀ ਚੱਲਦੀ ਰਹਿਣੀ ਚਾਹੀਦੀ ਆ, ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਨੂੰ ਕੋਈ ਹੋਰ ਚੀਜ਼ ਵਫਾ ਹੀ ਨਹੀਂ ਕਰੂਗੀ, ਤੁਸੀਂ ਸਵੇਰੇ ਖਾਲੀ ਪੇਟ ਇਹਨੂੰ ਪੀ ਕੇ ਦੇਖੋ, ਉਦੋਂ ਅੱਧੇ ਘੰਟੇ ਬਾਅਦ ਆਪਦੀ ਚਾਹ ਪਾਣੀ ਪੀ ਲਓ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ, ਜਿਹਨਾਂ ਦੇ ਪੈਰਾਂ ਦੇ ਵਿੱਚੋਂ ਤਲਿਆਂ 'ਚੋਂ ਅੱਗ ਨਿਕਲਦੀ ਰਹਿੰਦੀ ਆ, ਸਿਰ 'ਚੋਂ ਸੇਕ ਨਿਕਲਦਾ ਰਹਿੰਦਾ, ਅੱਖਾਂ 'ਚੋਂ ਅੱਗ ਟਪਕਦੀ ਰਹਿੰਦੀ ਆ, ਮੋਢੇ ਗੋਡੇ ਦੁਖਦੇ ਰਹਿੰਦੇ ਨੇ 24 ਘੰਟੇ, ਸਰੀਰ 'ਚ ਦਰਦ ਹੈ, ਰੀੜ੍ਹ ਦੀ ਹੱਡੀ 'ਚ ਡਾਕਟਰ ਨੇ ਕਹਿਤਾ ਓਪਰੇਸ਼ਨ ਹੋਊ। ਅੱਛਾ ਇੱਕ ਗੱਲ ਹੋਰ ਹੈ, ਗੋਡਿਆਂ ਦੇ ਗਰੀਸ ਦਾ ਕੰਮ ਕਰਦੀ ਆ ਜਿਹੜੀ, ਇਹਦਾ ਜਿਹੜਾ ਖਾਣ ਦਾ ਤਰੀਕਾ, ਉਹ ਜਦੋਂ ਵੀ ਕੋਈ ਲੋਕ ਗੱਲ ਕਰਦੇ ਅਸੀਂ ਸਮਝਾਉਂਦੇ ਹਾਂ, ਮੇਰਾ ਖਿਆਲ ਆ ਵੀ ਕੋਈ ਉਹ ਪੇਸ਼ੈਂਟ ਹੋਊਗਾ ਮੇਰੇ ਕਲੀਨਿਕ 'ਤੇ ਆਉਣ ਵਾਲਾ ਜਿਹਨੂੰ ਇੱਕ ਤਾਂ ਇਹ ਕਿੱਕਰ ਦੇ ਤੁੱਕਿਆਂ ਦਾ ਪਾਊਡਰ ਔਰ ਇੱਕ ਇਹ ਪੰਚਮ ਹਲਦੀ ਦਾ ਪਾਊਡਰ, ਇਹ ਪੰਜ ਹਲਦੀਆਂ ਦਾ ਪਾਊਡਰ ਅਸੀਂ ਨਾ ਦਈਏ, ਇਹ ਦੋ ਚੀਜ਼ਾਂ ਹੀ ਸਟ੍ਰੈਸ ਲੈਵਲ ਨੂੰ ਡਾਊਨ ਕਰ ਦਿੰਦੀਆਂ ਨੇ। ਤੀਜੀ ਚੀਜ਼ ਹੈ ਬ੍ਰੇਨ ਡੋਜ਼, ਉਹ ਸਾਡਾ ਕੈਪਸੂਲ ਹੈ ਇੱਕ ਬ੍ਰੇਨ ਡੋਜ਼, ਉਹ ਅਸੀਂ ਕਹਿੰਦੇ ਹਾਂ ਕਿ ਰਾਤ ਨੂੰ ਇੱਕ ਕੈਪਸੂਲ ਲੈਣਾ, ਵਿਦ ਹਨੀ ਲੈ ਲਓ, ਪਾਣੀ 'ਚ ਘੋਲ ਕੇ ਹਨੀ ਉਹਦੇ ਨਾਲ ਲੈ ਲਓ, ਜਾਂ ਸਿੰਪਲ ਗਰਮ ਦੁੱਧ ਨਾਲ ਲੈ ਲਓ, ਤਾਂ ਉਹ ਜਿਹੜਾ ਹੈਗਾ ਬੱਚਿਆਂ ਤੋਂ ਲੈ ਕੇ ਵੱਡਿਆਂ 'ਚ ਸਾਰਿਆਂ 'ਚ ਬੈਨੀਫਿਟਡ ਆ। ਅਗਰ ਤੁਸੀਂ ਛੋਟੇ ਬੱਚੇ ਨੂੰ ਵੀ ਦੇਣਾ ਕੈਪਸੂਲ, ਤਾਂ ਉਹ ਅਸੀਂ ਕਹਿੰਦੇ ਹਾਂ ਖੋਲ੍ਹ ਲਓ ਕੈਪਸੂਲ ਨੂੰ, ਖੋਲ੍ਹ ਕੇ ਉਹਦਾ ਪਾਊਡਰ ਹਨੀ ਦੇ ਵਿੱਚ ਮਿਕਸ ਕਰ ਲਓ, ਬਹੁਤ ਟੇਸਟੀ ਆ, ਉਹਦਾ ਪਾਊਡਰ ਮਿਕਸ ਕਰਕੇ ਬੱਚੇ ਨੂੰ ਚਟਾ ਚਟਾ ਕੇ ਖਿਲਾਓ, ਉੱਪਰੋਂ ਹਲਕਾ ਜਿਹਾ ਦੁੱਧ ਪਿਲਾਓ, ਦੇਖੋ ਤੁਹਾਡਾ ਬੱਚਾ ਸਕੂਲ 'ਚ ਕਿੰਨੇ ਵਧੀਆ ਨੰਬਰ ਲੈ ਕੇ ਆਉਂਦਾ, ਕਿੰਨਾ ਖੁਸ਼ ਰਹਿੰਦਾ, ਕਿਉਂਕਿ ਬ੍ਰੇਨ ਦੀਆਂ ਨਸਾਂ ਨੂੰ ਲੁਬਰੀਕੇਸ਼ਨ ਦੇਣਾ ਬਹੁਤ ਜ਼ਰੂਰੀ। ਹਾਂਜੀ, ਜਿਵੇਂ ਜ਼ਿਕਰ ਕੀਤਾ ਸੀ ਆਪਾਂ ਗੱਲ ਸਟ੍ਰੈਸ ਤੋਂ ਸ਼ੁਰੂ ਕੀਤੀ ਕਿ ਬ੍ਰੇਨ ਦੀਆਂ ਜਿਹੜੀਆਂ ਨਸਾਂ ਨੇ ਇਹਨਾਂ ਦੀ ਵੀਕਨੈਸ ਆਉਂਦੀ ਹੈ ਸਟ੍ਰੈਸ ਕਰਕੇ, ਮੇਰੇ ਖਿਆਲ 'ਚ ਜਿਹੜੀ ਮਾਈਗ੍ਰੇਨ ਦੀ ਕਹਿੰਦੇ ਆਪਾਂ ਪ੍ਰੋਬਲਮ ਹੈ, ਬਿਮਾਰੀ ਹੈ, ਉਹ ਵੀ ਸਟ੍ਰੈਸ ਨਾਲ ਹੀ ਉਪਜਦੀ ਹੈ ਜਾਂ ਇਹਦਾ ਕੋਈ ਹੋਰ? ਉਹ ਮੰਡ ਸਾਹਿਬ ਕੀ ਆ, ਜਦੋਂ ਅਸੀਂ ਸਟ੍ਰੈਸ ਲੈਂਦੇ ਹਾਂ ਸਾਡੀ ਇੰਟਰਸਟੇਨ ਜਿਹੜੀ ਆ, ਪਾਚਨ ਪ੍ਰਣਾਲੀ ਜਿਹੜੀ ਆ, ਉਹ 'ਤੇ ਬੈਡ ਇਫੈਕਟ ਪੈਂਦਾ, ਸਾਨੂੰ ਪੇਟ ਗੈਸ ਕਬਜ਼ ਰਹਿੰਦੀ ਆ, ਫਿਰ ਮਤਲਬ ਸਟ੍ਰੈਸ ਵਾਲੇ ਪੇਸ਼ੈਂਟ ਨੂੰ ਬਹੁਤ ਸਾਰੀਆਂ ਬਿਮਾਰੀਆਂ, ਉਹ ਜਦੋਂ ਗੈਸ ਗੁਬਾਰ ਬਣ ਕੇ ਦਿਮਾਗ ਨੂੰ ਚੜ੍ਹਦੀ ਹੈ ਫਿਰ ਦਿਮਾਗ ਫੜਦਾ, ਫਿਰ ਉਹ ਕਹਿੰਦਾ ਵੀ ਮੈਂ ਹੁਣ ਕੀ ਕਰਾਂ, ਉਹ ਲਾਈਟਾਂ ਬੰਦ ਕਰੇਗਾ, ਕਲਟਨ ਕਰੂਗਾ, ਹਨੇਰੇ 'ਚ ਪੈਣਾ ਪਸੰਦ ਕਰੂਗਾ, ਜਦੋਂ ਤੱਕ ਉਹਨੂੰ ਉਲਟੀ ਨਹੀਂ ਆ ਜਾਂਦੀ ਉਦੋਂ ਤੱਕ ਉਹਨੂੰ ਸ਼ਾਂਤੀ ਨਹੀਂ ਮਿਲਦੀ, ਘਰ ਉੱਠਣਾ ਵੀ ਕਹਿ ਦਿੰਦੇ ਨੇ, ਹੈ ਨਾ, ਅਤੇ ਉਹ ਜਿਹੜੀ ਚੀਜ਼ ਆ ਉਹ ਬੰਦੇ ਨੂੰ ਮਤਲਬ ਕਿ ਚੈਨ ਉਦੋਂ ਆਉਂਦਾ ਜਦੋਂ ਉਲਟੀ ਕਰ ਲੈਂਦਾ, ਉਲਟੀ ਕਰਤੀ ਥੋੜ੍ਹਾ ਸ਼ਾਂਤ ਹੋਇਆ, ਫਿਰ ਉਹ ਥੋੜ੍ਹਾ ਬਹੁਤਾ ਖਾਣ ਨੂੰ ਮੰਗਦਾ, ਫਿਰ ਉਸ ਟਾਈਮ ਉਹਨੂੰ ਲੱਗਦਾ ਵੀ ਹੁਣ ਠੀਕ ਆ। ਪਰ ਇਹ ਜਿਹੜੀ ਇੰਟਰਨਲ ਪ੍ਰੋਬਲਮ ਆ ਇਹਦੇ ਵਾਸਤੇ ਹੁਣ ਜਿਵੇਂ ਸਾਡੇ ਵੈਦ ਜੀ ਬਣਾਉਂਦੇ ਆ ਇੱਕ ਤੇਲ ਬਣਾਉਂਦੇ ਆ, ਉਹ ਤੇਲ ਨੂੰ ਆਪਣੀ ਨਾਭੀ 'ਚ ਲਾਉਣਾ। ਔਰ ਇੱਕ ਚੀਜ਼ ਹੋਰ ਬੰਟ ਸਾਹਿਬ ਮੈਂ ਤੁਹਾਨੂੰ ਦੱਸਦਾ, ਜਿਹੜਾ ਸਰ੍ਹੋਂ ਦਾ ਤੇਲ ਆ ਕਮਾਲ ਦੀ ਚੀਜ਼ ਆ, ਘਰੇ ਬਣਾਓ ਸਰ੍ਹੋਂ ਦਾ ਤੇਲ, ਘਰੇ ਕੱਚੀ ਘਾਣੀ ਦਾ ਕਢਾਓ ਆਪਦਾ, ਅਤੇ ਬਾਜ਼ਾਰ 'ਚੋਂ ਵੀ ਲੈ ਲਓ, ਚਲੋ ਕੋਈ ਗੱਲ ਨਹੀਂ, ਹੁਣ ਜਿਵੇਂ ਫਾਸਟ ਲਾਈਫ ਆ ਤਾਂ ਉਹਨੂੰ ਆਹ ਜਿਹੜੇ ਨਾਖੂਨ ਹੈ ਆਪਣੇ ਇਹਨਾਂ ਨੂੰ ਐਂ ਕਟੋਰੀ 'ਚ ਤੇਲ ਪਾ ਕੇ ਐਂ ਡਬੋ ਦਿਉ, ਡਬੋ ਕੇ ਉਦੋਂ ਬਾਅਦ ਐਂ ਮਲੋ, ਐਂ ਮਤਲਬ ਇਹਨਾਂ ਨੂੰ ਜਦੋਂ ਤੁਸੀਂ ਐਂ ਮਲੋਗੇ ਨਾ ਇੰਨਾ ਆਰਾਮ ਮਿਲੂਗਾ ਤੁਹਾਨੂੰ, ਬ੍ਰੇਨ ਆ ਮੈਂ ਮਲ ਰਿਹਾ ਮੈਨੂੰ ਰਿਲੈਕਸ ਮਿਲ ਰਿਹਾ, ਮਤਲਬ ਇਹਨੂੰ ਜਦੋਂ ਤੇਲ ਲਾ ਕੇ ਤੁਸੀਂ ਮਲੋਗੇ ਉਹਨੇ ਇੱਕਦਮ ਤਰ। ਹੁਣ ਜੇ ਤੁਸੀਂ ਕਹੋ ਵੀ ਇੱਥੇ ਹੀ ਤੇਲ ਕਿਉਂ, ਤੇਲ ਅਸੀਂ ਇੱਥੇ ਲਾਇਆ ਇਫੈਕਟ ਇੱਥੇ ਆ ਰਿਹਾ, ਕਿਉਂ? ਕਿਉਂਕਿ ਇੱਥੋਂ ਜਿਹੜੀ ਸਾਡੀ ਸਕਿਨ ਹੈ ਟੋਟਲ ਉਹਦਾ ਸਾਹ ਲੈਣ ਦਾ ਜ਼ਰੀਆ ਆਹੀ ਹੈ ਨਾਖੁਨ। ਤੁਸੀਂ ਕਦੇ ਦੇਖਿਆ ਹੋਊਗਾ, ਤੁਸੀਂ ਪਲਾਸਟਿਕ ਦੇ ਗਲਵਸ ਪਾ ਲਏ ਕਦੇ, ਪਾ ਲੈਂਦੇ ਆਪਾਂ ਕਦੇ ਕੋਈ ਕੰਮ ਲਈ ਪਲਾਸਟਿਕ ਦੇ, ਤਾਂ ਉਹ ਸਾਨੂੰ ਥੋੜ੍ਹੀ ਦੇਰ ਬਾਅਦ ਲਾਉਣੇ ਪੈਂਦੇ ਨੇ, ਕਿਉਂਕਿ ਅੰਦਰੋਂ ਪਸੀਨਾ ਆ ਜਾਂਦਾ, ਕਿਉਂ ਇਹਦਾ ਸਾਹ ਬੰਦ ਹੋ ਗਿਆ, ਸਾਹ ਘੁੱਟ ਗਿਆ ਅਤੇ ਲਾਹੇ ਤਾਂ ਆਰਾਮ ਆ ਗਿਆ। ਤਾਂ ਇਹ ਜਿਹੜਾ ਸਾਡਾ ਸਰੀਰ ਇਕੱਲਾ ਨੱਕ ਰਾਹੀਂ ਸਾਹ ਨਹੀਂ ਲੈਂਦਾ, ਇਹ ਪੂਰੀ ਤਵਚਾ ਵੀ ਸਾਹ ਲੈਂਦੀ ਹੈ, ਸਾਡੇ 20 ਦੇ 20 ਨਾਖੂਨ ਦੇ ਵਿੱਚੋਂ ਵੀ ਸਾਹ ਲਿਆ ਜਾਂਦਾ। ਜੇ ਤੁਸੀਂ ਉੱਥੇ ਤੇਲ ਦੇਣਾ ਸ਼ੁਰੂ ਕਰਤਾ ਤਾਂ ਤੁਸੀਂ ਇਹ ਦੇਖੋਗੇ ਵੀ ਸਾਨੂੰ ਯਾਰ 100 ਸਾਲ ਹੋ ਗਏ, ਨਾ ਰੱਬ ਲੈਣ ਆਇਆ ਨਾ ਸਾਨੂੰ ਜੱਗ ਬਰਦਾਸ਼ਤ ਕਰ ਰਿਹਾ, ਫਿਰ ਚਾਰੇ ਪਾਸੇ ਬੰਦਾ ਉਸ ਟਾਈਮ ਤੱਕ ਪਹੁੰਚ ਜਾਂਦਾ, ਇੰਨੀ ਗੁੱਡ ਲਾਈਫ ਹੈ ਜਿਹੜੀ। ਗੋਇਲ ਸਾਹਿਬ
ਅੱਜਕੱਲ ਜਦੋਂ ਅਸੀਂ ਦੇਖਦੇ ਹਾਂ ਕਿ ਇੰਨੇ ਹੇਅਰ ਐਂਡ ਬਿਊਟੀ ਦੇ ਮਤਲਬ ਹੋਸਪਿਟਲ ਵੀ ਖੁੱਲ੍ਹ ਗਏ ਨੇ, ਅਤੇ ਲੋਕਾਂ ਨੂੰ ਬਹੁਤ ਆਪਣੇ ਹੇਅਰ ਟ੍ਰਾਂਸਪਲਾਂਟ ਕਰਾਉਣੇ ਪੈ ਰਹੇ ਨੇ, ਈਵਨ ਲੇਡੀਜ਼ ਜੈਂਟਸ ਵੀ। ਅਤੇ ਕੀ ਇਹ ਸਟ੍ਰੈੱਸ ਕਰਕੇ ਇੰਨਾ ਹੇਅਰ ਫਾਲ ਹੈ? ਮੇਰੇ ਵੀ ਹੈ ਬਹੁਤ ਜ਼ਿਆਦਾ, ਮੈਨੂੰ ਲੱਗਦਾ ਵੀ ਮੈਨੂੰ ਭੱਜ ਨੱਠ ਬਹੁਤ ਜ਼ਿਆਦਾ ਰਹਿੰਦੀ ਹੈ ਸ਼ਾਇਦ ਤਾਂ ਕਰਕੇ। ਅਤੇ ਇਸੇ ਤਰ੍ਹਾਂ ਜਿਹੜਾ ਸਕਿੰਨ ਹੈ, ਸਕਿੰਨ ਦੇ ਵਿੱਚ ਮਲਾਜ਼ਮਾਂ, ਛਾਈਆਂ, ਇਹ ਬਹੁਤ ਕੁਛ, ਡਰਾਈਨੈਸ, ਇਹ ਸਟ੍ਰੈੱਸ, ਇਹਦਾ ਰੀਜ਼ਨ ਕੀ ਆ? ਇਹਦਾ ਰੀਜ਼ਨ ਸਟ੍ਰੈੱਸ ਘੱਟ ਹੈ, ਜੈਲਸ ਜ਼ਿਆਦਾ ਆ। ਦੂਜਿਆਂ ਨੂੰ ਦੇਖ ਕੇ ਉਹ ਮੇਰੇ ਨਾਲ ਸੋਹਣਾ ਲੱਗਦਾ, ਉਹਦੇ ਵਾਲ ਦੇਖੀ ਗੁੱਤ ਕਿੱਡੀ ਲੰਬੀ ਹੈ, ਮੇਰੀ ਪਤਾ ਨਹੀਂ ਜੂੜੀ ਜੀ ਬਣ ਗਈ। ਇਹਨਾਂ ਨੂੰ ਕੀ ਤੋਂ ਸਟ੍ਰੈੱਸ ਹੈ, ਇਹਨਾਂ ਤੋਂ ਸੋਹਣਾ ਤਾਂ ਫਿਰ ਹੈ ਨਹੀਂ ਕੋਈ। ਇਹਨਾਂ ਨੂੰ ਐਕਚੁਅਲੀ ਧਾਲੀਵਾਲ ਸਾਹਿਬ ਤੋਂ ਹੀ ਹੋਣਾ। ਅੱਛਾ, ਉਹ ਸਮਾਰਟ ਬਹੁਤ ਨੇ ਤੇ ਉਹ ਵੀ ਸੋਹਣੇ ਆ, ਉਹ ਵਾਕਈ ਉਹ ਸਮਾਰਟ ਨੇ ਬ੍ਰੇਨ ਦੇ ਤੌਰ ਤੇ ਵੀ ਤੇ ਹੁੰਦਾ ਵੀ ਲੁੱਕ ਵਾਈਜ਼ ਵੀ, ਤਾਂ ਇਹ ਵੀ ਹੋ ਜਾਂਦਾ ਕਈ ਵਾਰੀ ਵੀ ਮੇਰੇ ਤੋਂ ਮੂਹਰੇ ਨਾ ਲੰਘ ਜਾਏਗਾ। ਤਾਂ ਇੱਦਾਂ ਦੇ ਜਿਹੜੇ ਸਟ੍ਰੈੱਸ ਨੇ ਇਹ 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 ਲੈ ਲੈਂਦੇ ਆ। ਕਈ ਵਾਰੀ ਅਸੀਂ ਉਤਪਾਦਨ ਇਹੋ ਜਿਹੇ ਮਾਰਕੀਟ 'ਚ, ਜਿਵੇਂ ਹੁਣ ਮੰਨ ਲਓ ਕੋਈ ਬਹੁਤ ਹੀ ਵਧੀਆ ਕੋਈ ਐਡ ਆ ਗਈ, ਆਪਾਂ ਨੇ ਉਹ ਯੂਜ ਕਰ ਲਿਆ ਪ੍ਰੋਡਕਟ ਹੇਅਰ ਐਂਡ ਬਿਊਟੀ ਦਾ, ਉਹਦੇ ਵਿੱਚ ਅਸੀਂ ਕਈ ਵਾਰੀ ਡਾਕਟਰ ਦੀ ਜਾਂ ਕਿਸੇ ਐਕਸਪਰਟ ਦੀ ਰਾਏ ਵੀ ਨਹੀਂ ਲੈਂਦੇ, ਚੱਕ ਕੇ ਯੂਜ ਕਰ ਲੈਂਦੇ। ਉਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਸਕਿੰਨ ਨੂੰ ਵੀ ਸੂਟ ਕਰ ਜੇ। ਹੁਣ ਸਕਿੰਨ ਦੇ ਵਿੱਚ ਵੀ ਕਿੰਨੇ ਤਰ੍ਹਾਂ ਦੇ ਪ੍ਰੋਬਲਮ ਹੁੰਦੇ ਨੇ, ਹੈ ਨਾ? ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਬੈਸਟ ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਜਿਹਨਾਂ ਲੋਕਾਂ ਨੂੰ ਸਕਿੰਨ ਦੀ ਪ੍ਰੋਬਲਮ ਰਹਿੰਦੀ ਹੈ ਜਾਂ ਫੇਸ ਦੇ ਉੱਤੇ ਜ਼ਿਆਦਾ ਡਲਨੈਸ ਰਹਿੰਦੀ ਆ, ਉਹਨਾਂ ਨੂੰ ਸਵੇਰੇ ਸਵੇਰੇ ਮਿਲਕ ਲੈਣਾ ਚਾਹੀਦਾ, ਕੱਚਾ ਦੁੱਧ। ਜੀ, ਦੁੱਧ ਗਾਂ ਦਾ ਹੋਵੇ, ਮੱਝ ਦਾ ਹੋਵੇ, ਕਾਸੇ ਦਾ ਹੋਵੇ, ਉਹਦਾ ਵਹਿਮ ਨਾ ਕਰੋ। ਦੁੱਧ ਹੋਣਾ ਚਾਹੀਦਾ ਕੱਚਾ, ਅਤੇ ਉਹਦੇ ਵਿੱਚ ਤੁਸੀਂ ਕੋਟਨ ਡਿਪ ਕਰਕੇ ਫੇਸ 'ਤੇ ਲਗਾਓ। ਪਹਿਲਾਂ ਤੁਸੀਂ ਟਰਾਈ ਕਰ ਲਿਓ, ਆਪਣੇ ਫੇਸ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਿਓ, ਐਂਡ ਪੂਰੀ ਸੰਤੁਸ਼ਟ ਜਦੋਂ ਤੁਸੀਂ ਹੋ ਜਾਓਗੇ ਵੀ ਮੇਰਾ ਚਿਹਰਾ ਬਿਲਕੁਲ ਸਾਫ਼ ਹੋ ਗਿਆ, ਚਿੱਟੇ ਤੌਲੀਏ ਨਾਲ ਸਾਫ਼ ਕੀਤਾ ਤਾਂ ਵੀ ਕੋਈ ਮੈਲ ਨਹੀਂ ਆ ਰਹੀ, ਉਸ ਤੋਂ ਬਾਅਦ ਤੁਸੀਂ ਦੁੱਧ ਡਿਪ ਕਰ ਦਿਓ। ਦੁੱਧ ਡਿਪ ਕਰਕੇ ਫਿਰ ਤੁਸੀਂ ਕੋਟਨ ਨਾਲ ਉਹਨੂੰ ਸਾਫ਼ ਕਰਿਓ, 2-3 ਮਿੰਟ ਬਾਅਦ ਤੁਸੀਂ ਦੇਖੋਗੇ ਕੋਟਨ ਕਾਲੀ ਹੋ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਦੁੱਧ ਕਾਲਾ ਹੁੰਦਾ ਨਾ? ਜਿਹੜੇ ਪੋਰਸ ਨੇ ਉਹਦੇ ਵਿੱਚ ਮੈਲ ਜੰਮੀ ਹੁੰਦੀ ਆ, ਉਹਨੂੰ ਉਹ ਖੋਲ੍ਹ ਦਿੰਦਾ, ਉਹ ਕਾਲਸ ਬਾਹਰ ਆ ਜਾਂਦੀ ਆ, ਉਹਦੇ ਕਰਕੇ ਫਿਰ ਤੁਹਾਡੇ ਚਿਹਰੇ 'ਤੇ ਗਲੋ ਆਏਗੀ। ਤਾਂ ਇੱਕ ਤਾਂ ਇਹ ਕੰਮ ਕਰੋ, ਇੱਕ ਜਿਹਨਾਂ ਨੂੰ ਛਾਈਆਂ ਹੋ ਜਾਂਦੀਆਂ ਨੇ, ਗਲੈਸਰੀਨ, ਗੁਲਾਬ ਜਲ ਅਤੇ ਨਿੰਬੂ ਦਾ ਰਸ, ਇਹ ਟੈਂਪਰੇਰੀ ਟ੍ਰੀਟਮੈਂਟ ਆ, ਪਰ ਇਹ ਇੱਕਦਮ ਜਿਵੇਂ ਰਾਤ ਨੂੰ ਤੁਸੀਂ ਵਿਆਹ 'ਚ ਜਾਣਾ ਕਰ ਲਓ, 2 ਘੰਟੇ ਪਹਿਲਾਂ ਤੁਹਾਡੇ ਚਿਹਰੇ 'ਤੇ ਨਹੀਂ ਰਹਿਣਗੀਆਂ ਛਾਈਆਂ, ਕਲੀਅਰ ਹੋ ਜਾਣਗੀਆਂ, ਉਸ ਤੋਂ ਬਾਅਦ ਇਹ ਦੁਬਾਰਾ ਆਉਣਗੀਆਂ, ਫੇਰ ਕਰ ਲਓ। ਇਹਨਾਂ ਦਾ ਜਿਹੜਾ ਐਕਚੁਅਲ ਟ੍ਰੀਟਮੈਂਟ ਅਸੀਂ ਦਿੰਦੇ ਹਾਂ ਉਹ ਹੈਗਾ ਸੂਰਿਆਤਾਪੀ ਸ਼ਿਲਾਜੀਤ। ਉਹ ਇੱਕ ਇੱਦਾਂ ਦਾ ਪ੍ਰੋਡਕਟ ਬਣਿਆ, ਮਤਲਬ ਪਹਿਲਾਂ ਤਾਂ ਸ਼ਿਲਾਜੀਤ ਦਾ ਨਾਂ ਸੁਣ ਕੇ ਲੋਕਾਂ ਦਾ ਦਿਮਾਗ ਐਂ ਖਰਾਬ ਹੋ ਜਾਂਦਾ ਵੀ ਪਤਾ ਨਹੀਂ ਕੀ ਗੱਬਰ ਸਿੰਘ ਆ ਗਿਆ, ਹੈ ਨਾ? ਵੀ ਸ਼ਿਲਾਜੀਤ ਦਾ ਮਤਲਬ ਹੈ ਇੱਕ ਪਹਾੜ ਹੈ, ਪਹਾੜ ਤੋਂ ਇੱਕ ਪੱਥਰ ਹੈ, ਉਹਦੇ ਵਿੱਚੋਂ ਸ਼ਿਲਾਜੀਤ ਅਸੀਂ ਕਲੈਕਟ ਕਰਦੇ ਹਾਂ ਸੂਰਜ ਦੀ ਤਪਸ ਦੇ ਵਿੱਚ। ਜਿਵੇਂ ਆਪਾਂ ਛੋਟੇ ਹੁੰਦੇ ਸਾਰੇ ਜਣੇ ਨੇ ਇੱਕ ਸ਼ਰਾਰਤ ਕੀਤੀ ਹੋਈ ਆ ਵੀ ਥੱਲੇ ਕਾਗਜ਼ ਰੱਖਣਾ, ਉੱਤੇ ਲੈਂਜ ਲਾ ਕੇ ਸੂਰਜ ਦੀ ਰੋਸ਼ਨੀ 'ਚ ਉਹਨੂੰ ਅੱਗ ਲਾ ਲੈਣੀ, ਲਾਉਂਦੇ ਸੀ, ਉਹ ਹੁਣ ਵੀ ਲੱਗਦੀ ਆ, ਉਦੋਂ ਨਹੀਂ ਹੁਣ ਵੀ ਲੱਗਦੀ ਆ, ਹੁਣ ਦੂਜੇ ਬੱਚੇ ਆ ਗਏ ਆਪਾਂ ਨਹੀਂ ਕਰਦੇ। ਮਤਲਬ ਉਹ ਜਿਹੜੀ ਚੀਜ਼ ਆ ਉਹ ਅਸੀਂ ਉਸ ਵਿਧੀ ਨੂੰ ਲੈ ਕੇ, ਮਤਲਬ ਅਸੀਂ ਕੋਟਨ ਦੇ ਉੱਤੇ ਸ਼ਿਲਾਜੀਤ ਵਿਛਾਈ, ਉਹਦੇ ਉੱਤੇ ਲੈਂਜ ਲਗਾਏ 3-7 ਲੇਅਰ ਦੇ, ਉਹਦੇ ਵਿੱਚੋਂ ਫਿਰ ਉਹ ਜਦੋਂ ਨਿਕਲਦੀ ਹੈ ਸ਼ਿਲਾਜੀਤ, ਉਹ ਫਿਰ ਮਿੱਟੀ ਉੱਪਰ ਰਹਿ ਜਾਂਦੀ ਹੈ, ਇੱਕ ਬੂੰਦ ਥੱਲੇ ਟਪਕ ਜਾਂਦੀ ਆ, ਉਹ ਪਿਓਰ ਸ਼ਿਲਾਜੀਤ। ਜਿਹੜਾ ਇਹ ਪ੍ਰੋਡਕਟ ਹੈ ਇਹ ਵੀ ਤੁਹਾਡਾ ਸ਼ਿਲਾਜੀਤ ਦੇ ਨਾਲ ਰਿਲੇਟਡ ਹੈ ਮੇਰਾ ਖਿਆਲ, ਸੂਰਿਆਤਾਪੀ ਸ਼ਿਲਾਜੀਤ। ਹਾਂਜੀ, ਇਹ ਬਿਲਕੁਲ ਪਰਫੈਕਟ ਹੈ, ਮੈਂ ਤੁਹਾਨੂੰ ਦੱਸਦਾ ਇਹ ਬਣਿਆ ਹੀ ਸਿਰਫ ਉਹਦੇ ਵਾਸਤੇ ਜਿਵੇਂ ਸਾਡੀਆਂ ਮਾਤਾ ਭੈਣਾਂ ਕਿਚਨ 'ਚ ਕੰਮ ਕਰਦੀਆਂ, 2-2 ਘੰਟੇ ਵਿਚਾਰੀਆਂ ਨੂੰ ਪਤਾ ਹੀ ਨਹੀਂ ਲੱਗਦਾ, ਥੱਕ ਜਾਂਦੀਆਂ, ਸਵੇਰੇ 6 ਵਜੇ ਉੱਠ ਕੇ ਸ਼ੁਰੂ ਹੁੰਦੀਆਂ ਨੇ, ਰਾਤ ਨੂੰ 11 ਵਜੇ ਤੱਕ ਬੈੱਡ 'ਤੇ ਗਿਰਨਾ, ਫਿਰ ਆ ਕੇ ਹਸਬੈਂਡ ਉਹਨੂੰ ਹੱਥ ਲਾਉਂਦਾ, ਫਿਰ ਉਹਨੂੰ ਚਿੜਚਿੜਾਪਣ ਆਉਂਦਾ, ਗੁੱਸਾ ਆਉਂਦਾ, ਕਿਉਂਕਿ ਥੱਕੀ ਉਹਦਾ ਮਨ ਹੀ ਨਹੀਂ ਕਿਸੇ ਗੱਲ ਨੂੰ। ਉਹਨਾਂ ਲੋਕਾਂ ਵਾਸਤੇ ਸ਼ਿਲਾਜੀਤ ਇਹ ਬਣਾਇਆ। ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਪਾਈ ਗਈ ਹੈ, ਇਕੱਲੀ ਸ਼ਿਲਾਜੀਤ ਨਹੀਂ ਹੈਗੀ ਇਹ, ਸ਼ਿਲਾਜੀਤ ਤਾਂ ਬਹੁਤ ਘੱਟ, ਮਤਲਬ 10-15 ਮਿਲੀਗ੍ਰਾਮ ਹੀ ਬਹੁਤ ਹੁੰਦੀ ਹੈ ਇੱਕ ਦਿਨ ਦੀ ਜੇ ਸਹੀ ਮਿਲ ਜੇ। ਤਾਂ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਚੀਜ਼ ਪਾਈ ਹੈ ਕੇਸਰ, ਅਸਲੀ ਕਸ਼ਮੀਰੀ ਕੇਸਰ ਪਾਉਂਦੇ ਹਾਂ, ਉਹ 8 ਮਿਲੀਗ੍ਰਾਮ ਹੈ। ਮੈਂ ਤੁਹਾਨੂੰ ਇਹਦੇ 'ਚ ਪੜ੍ਹ ਕੇ ਦੱਸਦਾ, ਬੁਰਾ ਨਾ ਮੰਨਿਓ, ਕਈ ਚੀਜ਼ਾਂ ਪੜ੍ਹ ਕੇ ਵੀ ਦੱਸਣੀਆਂ ਪੈਂਦੀਆਂ। ਇਹਦੇ ਵਿੱਚ ਲੌਂਗ ਹੈ, ਕੌਂਚ ਦਾ ਬੀਜ ਜਿਹੜਾ ਬੀਰਜ ਨੂੰ ਗਾੜਾ ਕਰਦਾ, ਸਾਡੀਆਂ ਮਾਤਾ ਭੈਣਾਂ ਦੀ ਜਿਵੇਂ ਕਮਰ 'ਚ ਦਰਦ ਹੁੰਦਾ ਰਹਿੰਦਾ, ਅਤੇ ਉਦੋਂ ਬਾਅਦ ਗੋਖਰੂ, ਗੋਖਰੂ ਜਿਹੜਾ ਸਾਡਾ ਪਿਸ਼ਾਬ ਨੂੰ ਕਲੀਅਰ ਕਰਦਾ, ਬਾਥਰੂਮ ਦੇ ਵਿੱਚ ਬਹੁਤ ਗੰਧਲਾਪਣ ਰਹਿੰਦਾ ਸੀ, ਧਿਆਨ ਹੀ ਨਹੀਂ ਦਿੰਦੇ। ਚੌਥੀ ਚੀਜ਼ ਇਹਦੇ ਵਿੱਚ ਤਾਲ ਮਖਾਣਾ, ਜਿਹੜਾ ਦਿਮਾਗ ਦੀਆਂ ਨਸਾਂ ਨੂੰ ਤਾਕਤ ਦਿੰਦਾ, ਜੈਫਲ, ਅਸ਼ਵਗੰਧ, ਮੁਸਲੀ, ਸਫੈਦ, ਇਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਸਾਡੀਆਂ ਮਾਤਾ ਭੈਣਾਂ ਚੰਗੀ ਤਰ੍ਹਾਂ ਜਾਣਦੀਆਂ ਨੇ ਵੀ ਇਹ ਪੰਜੀਰੀ 'ਚ ਪਾ ਕੇ ਆਪਾਂ ਖਿਲਾਉਂਦੇ ਰਹੇ ਜਦੋਂ ਕੁੜੀਆਂ ਨੂੰ ਬੱਚਾ ਹੁੰਦਾ ਸੀ। ਤਾਂ ਉਸ ਤੋਂ ਬਾਅਦ ਹੈਗੀ ਜਵਿੱਤਰੀ, ਜਾਵਿੱਤਰੀ ਜਿਹੜੀ ਆ ਇਹ ਇੱਕ ਜੈਫਲ ਔਰ ਜਵਿੱਤਰੀ ਸੇਮ ਚੀਜ਼ ਆ, ਉਹ ਕਸਤੂਰੀ ਦਾ ਵਿਕਲਪ ਆ, ਜਿਹੜਾ ਹਿਰਨ ਤੋਂ ਸਾਨੂੰ ਮਿਲਦੀ ਸੀ। ਕਸਤੂਰੀ ਬੈਨ ਹੋ ਚੁੱਕੀ ਹੈ, ਉਹ ਪਹਿਲਾਂ ਵੀ ਹੁੰਦੀ ਸੀ, ਹੁਣ ਵੀ ਜੈਫਲ ਜਵਿੱਤਰੀ ਵੀ।
ਅਤੇ ਇਹਦੇ ਨਾਲ ਅਸੀਂ ਦਿੱਤੀ ਆ ਬ੍ਰਹਮੀ ਦੀ ਪੱਟੀ। ਬ੍ਰਹਮੀ ਬੂਟੀ ਜਿਹੜੀ ਸਾਡੇ ਬ੍ਰੇਨ ਨੂੰ ਖੁਸ਼ ਰੱਖਦੀ ਆ, ਸੌਫਟ ਰੱਖਦੀ ਆ, ਦਿਮਾਗ ਨੂੰ ਤੇਜ਼ ਕਰਦੀ ਆ। ਫਿਰ ਇਹਦੇ ਵਿੱਚ ਜਾ ਕੇ ਕਿਤੇ ਪਈ ਆ ਸ਼ਿਲਾਜੀਤ, ਸੂਰਿਆ ਤਾਪੀ। ਇਹ ਜਿਹੜੀ ਅਸੀਂ 10 ਮਿਲੀਗ੍ਰਾਮ ਪਾਈ ਆ, ਨੋਰਮਲ ਸ਼ਿਲਾਜੀਤ ਅਗਰ 1000 ਮਿਲੀਗ੍ਰਾਮ ਲੈ ਲਈਏ, ਇਹ 10 ਮਿਲੀਗ੍ਰਾਮ ਲੈ ਲਈਏ, ਸੇਮ ਚੀਜ਼ ਆ। ਇੰਨਾ ਇਹਦਾ ਪ੍ਰਭਾਵ ਐਕਸਟ੍ਰੈਕਟ ਲੈ ਕੇ ਬਣਿਆ। ਫਿਰ ਇਹਦੇ ਵਿੱਚ ਲੋਹ ਭਸਮ ਪਾਈ ਗਈ ਆ, ਪਿਓਰ ਆਇਰਨ, ਜਿਹੜਾ ਸਾਡੀਆਂ ਮਾਤਾ ਭੈਣਾਂ ਨੂੰ ਆਇਰਨ ਦੀ ਕਮੀ ਰਹਿੰਦੀ ਆ, ਔਰ ਸਾਡੇ ਵੀਰਾਂ ਨੂੰ ਵੀ, ਇਕੱਲੀਆਂ ਮਾਤਾ ਭੈਣਾਂ ਲਈ ਨਹੀਂ, ਭਰਾਵਾਂ ਨੂੰ ਵੀ ਅਸੀਂ ਦਿੰਦੇ ਹਾਂ, ਜਿਹੜੇ ਲੋਕ ਰੋਜ਼ ਸ਼ਰਾਬ ਪੀਂਦੇ ਆ, ਨਸ਼ੇ ਕਰਦੇ ਆ, ਇੰਨਾ ਕੰਮ ਕਰਦੇ ਆ, ਥੱਕ ਟੁੱਟ ਜਾਂਦੇ ਆ। ਜ਼ਰੂਰੀ ਨਹੀਂ ਕਿ ਨਸ਼ਿਆਂ ਕਰਕੇ, ਵੈਸੇ ਵੀ ਬਾਡੀ 'ਚ ਵੀਕਨੈਸ ਆਉਂਦੀ ਆ। ਸਾਰਿਆਂ ਲਈ ਅਸੀਂ ਕਿਹਾ ਹੋਇਆ ਵੀ 1 ਕੈਪਸੂਲ ਸੂਰਿਆ ਤਾਪੀ ਸ਼ਿਲਾਜੀਤ ਸ਼ਾਮ ਨੂੰ 5 ਵਜੇ ਖਾਣਾ ਹੀ ਖਾਣਾ, ਔਰ ਜਿਹੜੀਆਂ ਸਾਡੀਆਂ ਮਾਤਾ ਭੈਣਾਂ ਉਹਨਾਂ ਵਾਸਤੇ 11 ਵਜੇ ਖਾਣ ਦਾ ਪ੍ਰਾਵਧਾਨ ਹੈ। ਇਹ ਜੋ ਜਿਵੇਂ ਗ੍ਰੰਥ 'ਚ ਲਿਖਿਆ ਅਸੀਂ ਉਵੇਂ ਹੀ ਦੱਸਦੇ ਹਾਂ। ਮਾਤਾ ਭੈਣਾਂ 11 ਵਜੇ ਖਾ ਸਕਦੀਆਂ ਨੇ, ਔਰ ਭਰਾ ਸਾਡੇ ਸ਼ਾਮ ਨੂੰ 5 ਵਜੇ ਖਾ ਸਕਦੇ ਆ। ਔਰ ਫਿਰ ਇਹਦੇ 'ਚ ਅਸੀਂ ਇੱਕ ਚੀਜ਼ ਪਾਈ ਆ, ਪਰਵਾਲ ਪਿਸ਼ਤੀ ਅਤੇ ਬੰਗ ਭਸਮ। ਇਹ ਸਾਡੇ ਜਿਗਰ ਦੀ, ਮੈਦੇ ਦੀ ਗਰਮੀ ਨੂੰ ਸਾਫ਼ ਕਰ ਦਿੰਦੀ ਹੈ। ਜਦੋਂ ਮੈਦੇ ਦੀ ਜਿਗਰ ਦੀ ਗਰਮੀ ਨਿਕਲ ਗਈ ਤਾਂ ਤੁਹਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ, ਪੈਰਾਂ 'ਚੋਂ ਜਿਵੇਂ ਅੱਗ ਜੀ ਨਿਕਲਦੀ ਹੈ, ਉਹ ਚੀਜ਼ ਖਤਮ ਹੋ ਜੂਗੀ, ਸਰੀਰ ਦੀ ਜਲਨ ਖਤਮ ਹੋ ਜੂਗੀ। ਫਿਰ ਇਹ 'ਚ ਲਾਸਟ 'ਚ ਜਾ ਕੇ ਪਾਈ ਹੈ ਸਵਰਨ ਭਸਮ, ਸੋਨੇ ਦੀ ਅਸਲੀ ਭਸਮ। ਇਹ ਪਾਈ ਅਸੀਂ 2 ਮਾਈਕਰੋਗ੍ਰਾਮ, ਇਹਦੀ ਇੰਨੀ ਕੁ ਮਾਤਰਾ ਬਹੁਤ ਹੁੰਦੀ ਆ। ਮਤਲਬ ਇਹ ਜਿਹੜੀ ਹੈ, ਹੁਣ ਕਈ ਲੋਕ ਸਵਰਨ ਭਸਮ ਪਾ ਕੇ ਕਹਿੰਦੇ ਨੇ ਜੇ ਤਾਂ ਇੰਨੇ ਦਾ ਹੋ ਗਿਆ ਤਾਂ ਇੰਨਾ ਮਹਿੰਗਾ ਹੋ ਗਿਆ। ਸਵਰਨ ਭਸਮ ਸਿਰਫ 2 ਮਾਈਕਰੋਗ੍ਰਾਮ ਪੈਂਦੀ ਹੈ, ਮਤਲਬ ਜੇ 1 ਤੋਲਾ ਭਸਮ ਜੇ ਅਸੀਂ ਲਈਏ ਤਾਂ ਪਤਾ ਨਹੀਂ ਕਿੰਨੇ ਲੱਖ ਕੈਪਸੂਲ 'ਚ ਪੈਂਦੀ ਆ ਉਹ, ਤਾਂ ਕਿਤੇ ਜਾ ਕੇ ਬਾਡੀ ਨੂੰ ਇਫੈਕਟ ਕਰਦੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਪਾ ਕੇ ਬਣੀ ਹੈ ਇਹ ਚੀਜ਼, ਤਾਂ ਮੰਡ ਸਾਹਿਬ ਤੁਸੀਂ ਯਕੀਨ ਮੰਨੋ ਵੀ ਮਤਲਬ ਜੇ ਇਹਨੂੰ ਇੱਕ ਇਨਸਾਨ, ਮਤਲਬ ਜਿਹਦੀ ਉਮਰ 30 ਸਾਲ ਤੋਂ ਉੱਪਰ ਹੋ ਗਈ, ਚਾਹੇ ਉਹ ਸਾਡੀ ਭੈਣ ਆ ਚਾਹੇ ਭਰਾ ਕੋਈ ਵੀ ਆ, ਅਗਰ ਉਸ ਤੋਂ ਬਾਅਦ 1 ਕੈਪਸੂਲ ਡੇਲੀ ਲੈਂਦਾ, ਸਿਰਫ ਐਤਵਾਰ ਨੂੰ ਛੱਡ ਦੇਣਾ ਜਾਂ ਕਿਸੇ ਵੀ ਦਿਨ 1 ਦਿਨ ਛੱਡਣਾ ਤਾਂ ਕਿ ਅਸੀਂ ਇਹਦੇ ਆਦੀ ਨਾ ਹੋ ਜਾਈਏ, ਤਾਂ ਇਹਨੂੰ ਤੁਸੀਂ 365 ਦਿਨ ਲਗਾਤਾਰ ਖਾ ਸਕਦੇ ਹੋ। ਵਿੱਚੋਂ 1 ਸੰਡੇ ਛੱਡੋਗੇ ਤਾਂ 54 ਸੰਡੇ ਛੁੱਟ ਗਏ, ਬਾਕੀ ਥੋੜ੍ਹੇ ਬਹੁਤੇ ਹੋਰ ਨਾਗੇ ਪਾ ਕੇ 300 ਦਿਨ ਜਿਹੜੇ ਅਸੀਂ ਲਗਾਤਾਰ ਸਾਲ 'ਚ ਲੈ ਲੈਂਦੇ ਹਾਂ, ਤਾਂ ਕਮਾਲ ਦੇ ਰਿਜ਼ਲਟ ਨੇ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸਾਡੀਆਂ ਨਸਾਂ ਕਦੋਂ ਸਟਰੋਂਗ ਹੋ ਗਈਆਂ, ਕਦੋਂ ਸਾਡੀ ਬਿਊਟੀ, ਜਿਹਦੇ ਲਈ ਅਸੀਂ ਦਰ ਦਰ ਜਾ ਕੇ 1500-1500, 2000-2000, ਮੈਂ ਕਹਿੰਦਾ 25-2500, 3000-3000 ਅਸੀਂ ਬਿਊਟੀ ਪਾਰਲਰਾਂ 'ਚ ਇੱਕ ਵਾਰੀ ਵਾਲ ਸਿੱਧੇ ਕਰਾਉਣ ਦਾ, ਮੂੰਹ 'ਤੇ ਕੁਛ ਕਰਨ ਦਾ ਦੇ ਦਿੰਦੇ ਹਾਂ, ਤਾਂ ਤੁਹਾਨੂੰ ਇਹ ਪਤਾ ਲੱਗੂ ਅੰਦਰੋਂ ਐਕਚੁਅਲ ਬਿਊਟੀ ਕਿਵੇਂ ਬਾਹਰ ਆਉਂਦੀ ਹੈ। ਗੋਇਲ ਸਾਹਿਬ, ਜਿਵੇਂ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਜੇ ਉਹ ਦਿਖਤਾ ਹੈ ਉਹ ਵਿਕਤਾ ਹੈ, ਅੱਜ ਕੱਲ੍ਹ ਇਹ ਥੋੜ੍ਹਾ ਜਿਹਾ ਕੋਈ ਉਲਟ ਹੋਇਆ ਵਾ ਵੀ ਜੋ ਫਿੱਟ ਹੈ ਉਹ ਹਿੱਟ ਹੈ। ਪਰ ਫਿੱਟ ਰਹਿਣ ਦੀ ਕੋਸ਼ਿਸ਼ ਹਰ ਬੰਦਾ ਕਰਦਾ, ਮਿਹਨਤ ਵੀ ਹਰ ਕੋਈ ਕਰਦਾ, ਅਤੇ ਜਿਮ 'ਤੇ ਜਾ ਕੇ ਕਿੰਨਾ ਕਿੰਨਾ ਟਾਈਮ ਲਾਉਂਦੇ ਆ, ਪਰ ਫਿਰ ਵੀ ਬਹੁਤ ਲੋਕ ਮੋਟਾਪੇ ਦਾ ਸ਼ਿਕਾਰ ਹੋਈ ਜਾਂਦੇ ਆ, ਇਹਦਾ ਕੀ ਕਾਰਨ ਕੀ ਹੈ? ਮੋਟਾਪਾ ਜਿਹੜਾ ਹੈਗਾ ਇਹ ਕੋਈ ਇੱਦਾਂ ਨਹੀਂ ਹੈ ਵੀ ਆਪਾਂ ਨੂੰ ਕਿਸੇ ਚੀਜ਼ ਤੋਂ ਹੁੰਦਾ ਨਾ, ਇਹ ਮੋਟਾਪਾ ਜਿਹੜਾ ਹੈਗਾ ਕਈ ਲੋਕਾਂ ਨੂੰ ਤਾਂ ਹੁੰਦਾ ਜਿਵੇਂ ਕੋਈ ਉਹਨਾਂ ਨੂੰ ਮੈਡੀਸਿਨ ਰਿਐਕਸ਼ਨ ਕਰ ਗਈ ਕਿਸੇ ਬਿਮਾਰੀ ਦੇ ਵਿੱਚ, ਕਈਆਂ ਨੂੰ ਇਹ ਹੁੰਦਾ ਜਿਵੇਂ ਹੁਣ ਲੇਡੀਜ਼ ਨੂੰ, ਮਾਤਾ ਭੈਣਾਂ ਨੂੰ ਸਾਡੀਆਂ ਹੋ ਜਾਂਦਾ, ਉਹਨਾਂ ਨੂੰ ਡਿਲੀਵਰੀ ਤੋਂ ਬਾਅਦ, ਸਜੀਰੀਅਨ ਤੋਂ ਬਾਅਦ ਹੋ ਗਿਆ, ਜਾਂ ਕਈਆਂ ਨੂੰ ਵੈਸੇ ਡਿਲੀਵਰੀ ਤੋਂ ਬਾਅਦ ਇੰਨਾ ਖਿਲਾ ਦਿੰਦੀਆਂ ਨੇ ਮਾਵਾਂ, ਵਿਆਹ ਵੀ ਖਾ ਲਾ ਆਹ ਵੀ ਖਾ ਲਾ, ਵਿਚਾਰੀਆਂ ਖਾਈ ਤਾਂ ਜਾਂਦੀਆਂ ਨੇ, ਉਸ ਟਾਈਮ ਬਾਅਦ 'ਚ ਉਹਦਾ ਸਾਈਡ ਇਫੈਕਟ ਆ ਜਾਂਦਾ। ਤਾਂ ਇਹ ਬਾਕੀ ਇਹ ਹੋ ਗਿਆ, ਕੁਛ ਆਪਣਾ ਖਾਣ ਪਾਣ ਵੈਸੇ ਵੀ ਮਾਹੌਲ ਥੋੜ੍ਹਾ ਜਿਹਾ ਚੇਂਜ ਹੋ ਗਿਆ, ਹੈ ਨਾ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਸਰੀਰ 'ਚ ਕੁਛ ਪਾ ਰਹੇ ਹਾਂ ਕਿ ਡਸਟਬੀਨ 'ਚ ਪਾ ਰਹੇ ਹਾਂ। ਹੁਣ ਵਿਆਹ 'ਚ ਚਲੇ ਜਾਓ ਤੁਸੀਂ, ਮੈਂ ਸਾਈਡ 'ਤੇ ਖੜਾ, ਮੈਂ ਦਰਸ਼ਕ ਹੁੰਦਾ ਵਿਆਹ 'ਚ, ਮੈਂ ਕਦੇ ਕੁਛ ਖਾਂਦਾ ਨਹੀਂ, ਮੇਰਾ ਕੰਮ ਹੁੰਦਾ ਵੀ ਮੈਨੂੰ ਉੱਥੋਂ ਆਪਣੇ, ਮੈਂ ਦੇਖਦਾ ਹੁੰਦਾ ਵੀ ਇਹ ਕਿਹੜਾ ਬੰਦਾ ਕਿੰਨੇ ਦਿਨਾਂ 'ਚ ਡਾਕਟਰ ਕੋਲ ਜਾਊਗਾ, ਹੈ ਨਾ। ਉਹ ਕੀ ਹੁੰਦਾ ਕਿ ਉਹ ਪਹਿਲਾਂ ਤਾਂ ਜਾਣ ਸਾਰ ਸਭ ਤੋਂ ਪਹਿਲਾਂ ਕੰਮ ਉਹਨਾਂ ਦਾ ਹੁੰਦਾ ਵੀ ਗੋਲ ਗੱਪਿਆਂ ਦੀ ਕਿੱਥੇ ਲੱਗੀ ਆ, ਪਹਿਲਾਂ ਤਾਂ ਉਹ ਖਾ ਕੇ ਅੰਦਰੋਂ ਸੈੱਟ ਜਿਹਾ ਕਰਕੇ ਫਿਰ ਤੁਰ ਪੈਂਦੇ ਨੇ ਅੱਗੇ, ਮਤਲਬ ਫਿਰ ਉਹ ਪਲੇਟ ਵੀ ਐਂ ਭਰਨੀ ਆ, ਮਤਲਬ ਸਾਰਾ ਕੁਛ ਹੀ ਕਰ ਲੈਣਾ ਉਹਦੇ 'ਚ। ਪਹਿਲੀ ਗੱਲ ਤਾਂ ਚਾਵਲ ਦੇ ਨਾਲ ਰੋਟੀ, ਰੋਟੀ ਦੇ ਨਾਲ ਚਾਵਲ, ਇਹਦਾ ਕੋਈ ਮੇਲ ਹੀ ਨਹੀਂ ਹੈ। ਇਹ ਆਮ ਆਪਾਂ ਕਹਿੰਦੇ ਹਾਂ ਵੀ ਲੈ ਜਦ ਤੱਕ ਰੋਟੀ ਬਣਦੀ ਹੈ ਚੌਲ ਖਾ ਤੂੰ, ਰਿਸ਼ਤੇਦਾਰ ਨੂੰ ਵੀ ਕਹਿ ਦਿੰਦੇ ਆ, ਉਹ ਵੀ ਚਾਵਲ ਖਾ ਲੈਂਦੇ ਆ, ਫਿਰ ਚਾਵਲ ਦੇ ਵਿੱਚ ਕੜੀ ਜਾਂ ਰਾਜਮਾਂਹ। ਹੁਣ ਰਾਜਮਾਂਹ ਅਤੇ ਮਾਂਹ ਚਾਵਲ ਦੇ ਵਿੱਚ ਕੋਈ ਕੰਬੀਨੇਸ਼ਨ ਐਕਚੁਅਲ ਹੈ ਨਹੀਂ ਬਣਿਆ ਹੋਇਆ ਸਵਾਦ ਦੇ ਮਾਰੇ, ਜਦਕਿ ਉਹ ਵੀ ਉਹਦੇ 'ਚ ਵੀ ਉਨੇ ਹੀ ਕੈਲਰੀਜ ਨੇ, ਫਿਰ ਰਾਜਮਾਂਹ 'ਚ ਉਨੀਆਂ ਨੇ, ਡਬਲ ਹੋ ਗਈਆਂ ਪੇਸ਼ੈਂਟ, ਮਤਲਬ ਇਨਸਾਨ ਦੀ ਬਾਡੀ ਨੂੰ ਇਫੈਕਟ ਆਉਂਦਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਆ, ਮੈਂ ਕਹਿੰਦਾ ਖਾਓ ਪੀਓ, ਆਨੰਦ ਲਓ। ਆਪਾਂ ਖਾਣ ਪੀਣ ਲਈ ਵੀ ਪੈਦਾ ਹੋਏ ਹਾਂ, ਪਰ ਅਸੀਂ ਜਿਉਣ ਲਈ ਵੀ ਪੈਦਾ ਹੋਏ ਹਾਂ, ਇਕੱਲਾ ਇਹ ਨਹੀਂ ਹੈ ਵੀ ਅਸੀਂ ਖਾਣ ਲਈ ਉਹ ਪੈਦਾ ਹੋਏ ਹਾਂ। ਤਾਂ ਖਾਣਾ ਵੀ ਖਾਓ, ਉਹ ਖਾਓ ਜਿਹੜਾ ਪੌਸ਼ਟਿਕ ਆ, ਸਹੀ ਆ। ਜਿਵੇਂ ਹੁਣ ਤੁਸੀਂ ਕੋਈ ਵੀ ਖਾਣਾ ਖਾਂਦੇ ਹੋ, ਤੁਹਾਡੀ ਇੱਛਾ ਖਾਓ, ਲੇਕਿਨ ਕੁਛ ਇਹੋ ਜਿਹੀਆਂ ਚੀਜ਼ਾਂ ਦਾ ਧਿਆਨ ਰੱਖੋ ਵੀ ਜਿਹੜੀਆਂ ਖਾਣ ਤੋਂ ਬਾਅਦ ਤੁਹਾਨੂੰ ਬੈਡ ਇਫੈਕਟ ਨਾ ਆਵੇ। ਜਿਵੇਂ ਸੌਂਫ, ਜੀਰਾ, ਅਜਵਾਇਣ, ਮੈਂ ਕਈ ਵਾਰ ਦੱਸਦਾ ਰਹਿੰਦਾ, ਉਹਦਾ ਰੋਸਟ ਕਰਕੇ ਪਾਊਡਰ ਬਣਾ ਕੇ ਰੱਖੋ, 1 ਚਮਚਾ ਹਰ ਚੀਜ਼ ਖਾਣ ਤੋਂ ਬਾਅਦ, ਰੋਟੀ ਪਾਣੀ ਖਾਣ ਤੋਂ ਬਾਅਦ ਉਹ ਲਓ, ਉਦੋਂ ਬਾਅਦ ਥੋੜ੍ਹਾ ਜਿਹਾ ਗੁੜ ਖਾਂਦੇ ਰਹੋ, ਤਾਂ ਕਿ ਤੁਹਾਡਾ ਜਿਹੜਾ ਪਾਚਨ ਕਿਰਿਆ ਉਹ ਨੋਰਮਲ ਰਹੇ। ਜਦੋਂ ਤੁਹਾਨੂੰ ਖਾਇਆ ਪੀਆ ਹਜ਼ਮ ਹੋਊਗਾ, ਫੈਟ ਆ ਹੀ ਨਹੀਂ ਸਕਦਾ। ਫਿਰ ਤੁਹਾਨੂੰ ਇੱਕ ਨੁਸਖਾ ਦੇ ਦਿੰਦੇ ਹਾਂ ਅੱਜ,
ਤੁਸੀਂ ਘਰ ਬਣਾਓ, ਮੰਡ ਸਾਹਿਬ ਤੁਸੀਂ ਵੀ ਬਣਾਇਓ ਘਰ ਜਾ ਕੇ, ਕਿਹੋ ਭਾਬੀ ਸਾਡੀ ਨੂੰ ਉਹ ਬਣਾਉਣਗੇ। ਇੱਕ ਤਾਂ ਕਾਸ਼ਨੀ, ਕਾਸ਼ਨੀ ਜਿਹੜੀ ਆ ਇਹ ਆਪਣੇ ਪੰਜਾਬੀ ਗਾਣਿਆਂ 'ਚ ਵੀ ਆਉਂਦੀ ਰਹੀ ਹੈ ਵੀ ਇੱਕ ਤੇਰੀ ਅੱਖ ਹੈ ਨਾ ਆਉਂਦੀ ਰਹੀ ਹੈ। ਕਾਸ਼ਨੀ, ਕਾਸ਼ਨੀ ਬਹੁਤ ਵੱਡੀ ਚੀਜ਼ ਆ, ਇਹ ਆਪਣੇ ਆਪ 'ਚ ਇੱਕ ਰੁਤਬਾ ਰੱਖਦੀ ਆ। ਫਿਰ ਉਦੋਂ ਬਾਅਦ ਭ੍ਰਿੰਗਰਾਜ, ਭ੍ਰਿੰਗਰਾਜ ਆਮ ਆਪਣੀਆਂ ਵੱਟਾਂ 'ਤੇ ਖੜਾ, ਫਿਰ ਅਰਜੁਨ ਦਾ ਪੇੜ ਉਹਦਾ ਸੱਕ ਲੈ ਲਓ, ਫਿਰ ਉਦੋਂ ਬਾਅਦ ਕੰਤਕਾਰੀ, ਕੰਤਕਾਰੀ ਇੱਕ ਜੜੀ ਬੂਟੀ ਜਿਹੜੀ ਪੰਸਾਰੀ ਤੋਂ ਮਿਲੂ, ਮੈਂ ਜਿਹੜਾ ਨੁਸਖਾ ਬੋਲ ਰਿਹਾ ਇਹਨੂੰ ਬੈਕ ਕਰਕੇ ਹੌਲੀ ਹੌਲੀ ਲਿਖ ਲਓ, ਲਿਖ ਕੇ ਪੰਸਾਰੀ ਨੂੰ ਦਿਓ, ਉਹ ਤੁਹਾਨੂੰ ਦੇਗਾ ਇਹ ਨੁਸਖਾ। ਫਿਰ ਇਹਦੇ ਵਿੱਚ ਕੁਟਕੀ, ਕੁਟਕੀ ਜਿਹੜੀ ਆ ਸਾਡੇ ਲੀਵਰ ਦਾ ਫਿਲਟਰ ਕਰ ਦਿੰਦੀ ਆ, ਲੀਵਰ 'ਚੋਂ ਜਿੰਨੀ ਗੰਦਗੀ ਆ ਬਾਹਰ ਕੱਢ ਦਿੰਦੀ ਆ। ਕੁਟਕੀ ਇੱਕ ਸਭ ਤੋਂ ਬੈਸਟ ਚੀਜ਼ ਆ, ਜਿਹਨਾਂ ਨੂੰ ਪਤਾ ਉਹਨਾਂ ਨੂੰ ਸਾਰਾ ਪਤਾ। ਫਿਰ ਉਸ ਤੋਂ ਬਾਅਦ ਕਾਲਮੇਗ, ਕਾਲਮੇਗ ਜਿਹੜਾ ਹੈਗਾ ਇਹ ਸਾਡੇ ਲੀਵਰ ਦਾ ਪਾਚਨ ਤੰਤਰ ਜਿਹੜਾ ਸਟਰੋਂਗ ਕਰ ਦਿੰਦਾ ਕਾਲਮੇਗ। ਉਸ ਤੋਂ ਬਾਅਦ ਇਹ ਉਹ ਮੈਂ ਨੁਸਖੇ ਦੱਸ ਰਿਹਾ ਜਿਹੜੇ ਨੁਸਖੇ ਅੱਜ ਤੱਕ ਮੋਟਾਪੇ ਦੇ ਵਿੱਚ ਕਿਸੇ ਨੇ ਵੀ ਸ਼ਾਇਦ ਅਜਮਾਏ ਨਹੀਂ ਹੋਣਗੇ ਔਰ ਨਾ ਹੀ ਦਿੱਤੇ ਹੋਣਗੇ, ਕਿਉਂਕਿ ਇਹ ਸਭ ਤੋਂ ਸਸਤੇ ਔਰ ਬਿਨਾਂ ਪੈਸਿਆਂ ਤੋਂ ਬਣਨ ਵਾਲੀਆਂ ਚੀਜ਼ਾਂ ਨੇ। ਪੈਸੇ ਮਤਲਬ ਪੈਸਿਆਂ ਤੋਂ ਬਿਨਾਂ ਕਹਿ ਰਹੇ, ਨੋਟ ਤਾਂ ਲੱਗਣਗੇ ਥੋੜ੍ਹੇ ਬਹੁਤੇ, ਉਹ ਤੁਸੀਂ ਧਿਆਨ ਰੱਖਿਓ। ਇੱਕ ਇਹਦੇ ਵਿੱਚ ਪੁਨਰਨੋਵਾ, ਪੁਨਰਨੋਵਾ ਆਮ ਤੁਸੀਂ ਗੂਗਲ ਸਰਚ ਕਰਿਓ, ਪੁਨਰਨੋਵਾ ਦੇਖੋਗੇ, ਲਾਲ ਲਾਲ ਕਿਨਾਰੀ ਵਾਲੇ ਛੋਟੇ ਛੋਟੇ ਪੱਤੇ ਸਾਡੇ ਉਈ ਘਰ ਦੇ, ਤੁਸੀਂ ਕਹੋਗੇ ਤਾਂ ਸਾਡੇ ਘਰ ਦੇ ਬਾਹਰ ਖੜ੍ਹੇ ਆ ਗੋਇਲ ਸਾਹਿਬ, ਐਵੇਂ ਮਾਰੀ ਜਾਂਦੇ ਆ, ਐਵੇਂ ਮੈਂ ਕੁਛ ਨਹੀਂ ਮਾਰਦਾ, ਉਹਦਾ ਮਤਲਬ ਹੁੰਦਾ ਦੇਖਿਓ ਉਹਨੂੰ। ਉਹ ਜਿਹੜਾ ਪੁਨਰਨੋਵਾ ਇੱਕ ਕੈਂਸਰ ਦੇ ਸੈੱਲ ਤੱਕ ਖਤਮ ਕਰ ਦਿੰਦਾ, ਕੈਂਸਰ ਕਾਰਕ ਹੈ ਪੁਨਰਨੋਵਾ, ਇਹਦੇ ਬਾਰੇ ਲਿਖਿਆ ਹੋਇਆ ਉਹ ਗ੍ਰੰਥ ਦੇ ਵਿੱਚ, ਪੜ੍ਹਿਓ ਤੁਸੀਂ। ਔਰ ਫੈਟ ਦੇ ਸੈੱਲ ਦੇਣੇ ਆ, ਉਡਾ ਦੇਣੇ ਆ। ਉਸ ਤੋਂ ਬਾਅਦ ਸੋਂਠ, ਸੁੰਡ ਜਿਹਨੂੰ ਆਪਾਂ ਕਹਿੰਦੇ ਹਾਂ, ਸੁੰਡ ਉਹਦੇ ਵਿੱਚ ਪੈਂਦੀ ਹੈ। ਫਿਰ ਇਹਦੇ ਵਿੱਚ ਦਾਲਚੀਨੀ, ਫਿਰ ਇਹਦੇ ਵਿੱਚ ਹਰੜ ਬਿਹੜਾ ਅਤੇ ਆਮਲਾ, ਤਿੰਨ ਚੀਜ਼ਾਂ ਇਹ ਵੀ ਪੈਂਦੀਆਂ ਨੇ। ਮਤਲਬ ਇਹ ਜਦੋਂ ਪੈਣਾ ਇਹਨੇ ਪੇਟ ਦੀ ਪਾਚਨ ਕਿਰਿਆ ਨੂੰ ਠੀਕ ਕਰ ਦੇਣਾ। ਔਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਜਦੋਂ ਤੁਹਾਡਾ ਲੀਵਰ ਠੀਕ ਆ, ਖਾਇਆ ਪੀਆ ਹਜ਼ਮ ਹੋ ਰਿਹਾ, ਇੱਕ ਗ੍ਰਾਮ ਵੀ ਵਜ਼ਨ ਨਹੀਂ ਵਧਣ ਦਿੰਦਾ, ਉਲਟਾ ਜਿਹੜਾ ਵਧਿਆ ਹੋਇਆ ਫੈਟ ਆ ਉਹਨੂੰ ਘਟਾਉਣ 'ਚ ਇਹ ਮਦਦ ਕਰਦਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਸੀਂ ਲਿਆ ਕਰੋ। ਔਰ ਜਿਹੜੇ ਲੋਕ ਗ੍ਰੀਨ ਟੀ ਲੈਂਦੇ ਆ ਜਾਂ ਕੋਈ ਸਲਿਮਿੰਗ ਟੀ ਲੈਂਦੇ ਆ, ਹੱਥ ਜੋੜ ਕੇ ਬੇਨਤੀ ਆ, ਬਿਨਾਂ ਡਾਕਟਰ ਦੀ ਸਲਾਹ ਤੋਂ, ਬਿਨਾਂ ਕਿਸੇ ਚੰਗੇ ਐਕਸਪਰਟ ਦੀ, ਹੈਲਥ ਐਕਸਪਰਟ ਦੀ ਸਲਾਹ ਤੋਂ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਨਾ ਸੇਵਨ ਕਰਿਆ ਕਰੋ, ਕਿਉਂਕਿ ਇਹ ਮਾਂ ਕਿਸੇ ਨੂੰ ਵੱਧਦੀ, ਕਿਸੇ ਨੂੰ ਸਵਾਦੀ, ਕਿਸੇ ਨੂੰ ਪ੍ਰੋਬਲਮ ਵੀ ਕਰ ਸਕਦੀਆਂ ਨੇ। ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਐਕਸਪਰਟ ਦੀ ਰਾਏ ਨਾਲ ਹੀ ਲਿਆ ਕਰੋ। ਕੈਮਰੀ ਸਲਿਮ ਸਾਡਾ ਜਿਹੜਾ ਪ੍ਰੋਡਕਟ ਆ ਉਹ ਕੰਮ ਸਲੋ ਕਰਦਾ ਮੰਡ ਸਾਹਿਬ, ਉਹ ਅਸੀਂ ਬਣਾਉਂਦੇ ਹਾਂ ਕਿ ਕੈਮਰੀ ਸਲਿਮ ਸਾਡਾ ਬਹੁਤ ਗੁੱਡ ਪ੍ਰੋਡਕਟ ਹੈ। ਇਹ ਉਹਨਾਂ ਲੋਕਾਂ ਨੂੰ ਦਿੰਦੇ ਹਾਂ ਜਿਹਨਾਂ ਦਾ ਪੇਟ ਬਹੁਤ ਬਾਹਰ ਹੋ ਜਾਂਦਾ, ਵਜ਼ਨ ਜਿਹੜਾ ਹੈਗਾ ਬਹੁਤ ਜ਼ਿਆਦਾ, 80-80 ਕਿਲੋ, 90-90 ਕਿਲੋ, 100-100 ਕੇਜੀ ਤੱਕ ਵਜ਼ਨ ਹੋ ਜਾਂਦਾ, ਉਹਨਾਂ ਨੂੰ ਦਿੰਦੇ ਹਾਂ ਤਾਂ ਕਿ ਇਹ 6-7 ਮਹੀਨਿਆਂ ਦੇ ਵਿੱਚ 10-15 ਕਿਲੋ ਵਜ਼ਨ ਬਹੁਤ ਜ਼ਿਆਦਾ ਨਹੀਂ ਘੱਟਦਾ, ਪਰ 10-15 ਕਿਲੋ ਵਜ਼ਨ ਜੇ ਕਿਸੇ ਦੀ ਬਾਡੀ 'ਚੋਂ ਘੱਟ ਜੇ ਤਾਂ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਔਰ ਉਹ ਦੁਬਾਰਾ ਨਹੀਂ ਵੱਧਦਾ। ਇਸ ਕਰਕੇ ਅਸੀਂ ਉਹੀ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ ਜਿਹੜੀਆਂ ਹੌਲੀ ਕੰਮ ਕਰਦੀਆਂ ਨੇ ਪਰ ਪੱਕੇ ਤੌਰ 'ਤੇ ਕੰਮ ਕਰਦੀਆਂ। ਸਰ ਜਿਹੜਾ ਇਹ ਨੁਸਖਾ ਤੁਸੀਂ ਦੱਸਿਆ ਇਹ ਮਤਲਬ ਇਹਨੂੰ ਕਿੱਦਾਂ ਖਾ ਸਕਦੇ ਹਾਂ, ਪੀਸ ਕੇ ਕਿੱਦਾਂ? ਇਹ ਜਿੰਨੀਆਂ ਵੀ ਚੀਜ਼ਾਂ ਨੇ ਇਹ ਬਰਾਬਰ ਮਾਤਰਾ 'ਚ ਲੈਣੀਆਂ ਨੇ। ਨੁਸਖਾ ਫਿਰ ਦੁਬਾਰਾ ਤੁਸੀਂ ਇਹਨੂੰ ਦੇਖ ਲਿਓ, ਇਹ ਬਰਾਬਰ ਮਾਤਰਾ 'ਚ ਲੈ ਕੇ ਇਹਨਾਂ ਦਾ ਪਾਊਡਰ ਬਣੇਗਾ। ਪਾਊਡਰ ਨੂੰ ਕੱਪੜ ਛਾਣ ਕਰਨਾ, ਜਿਵੇਂ ਪਗੜੀ ਦੇ ਕੱਪੜੇ 'ਚ ਜਾਂ ਮੁੰਬਰ ਦੀ ਚੁੰਨੀ, ਹਾਂਜੀ ਮੁੰਬਰ ਦੀ ਚੁੰਨੀ 'ਚ ਇਹਨੂੰ ਚੰਗੀ ਤਰ੍ਹਾਂ ਉਹ ਕਰ ਲਿਓ, ਜਿਹੜਾ ਉੱਪਰ ਫੋਕਟ ਆ ਉਹਨੂੰ ਗੇੜ ਦਿਓ, ਉਹ ਕੰਮ ਦਾ ਨਹੀਂ ਹੁੰਦਾ। ਜਿਹੜਾ ਅਸਲੀ ਚੀਜ਼ ਆ ਤੁਹਾਡੇ ਹੱਥ 'ਚ ਆ ਜਾਏਗੀ, ਉਹਦਾ ਜਿਹੜਾ ਪਾਊਡਰ ਹੈ ਅੱਧਾ ਪੌਣਾ ਚਮਚਾ ਸਵੇਰੇ ਦੁਪਹਿਰੇ ਰਾਤ ਨੂੰ ਰੋਟੀ ਤੋਂ ਪਹਿਲਾਂ ਲੈ ਲਓ। ਔਰ ਉਹਨੂੰ ਤੁਸੀਂ ਲੈਣਾ ਕਿਵੇਂ, ਪਾਣੀ 'ਚ ਘੋਲ ਕੇ ਹੌਲੀ ਹੌਲੀ ਸਿਪ ਕਰਕੇ ਪੀਣਾ, ਉਦੋਂ ਬਾਅਦ ਅੱਧੇ ਘੰਟੇ ਬਾਅਦ ਖਾਣਾ ਖਾਓ, ਤੁਹਾਨੂੰ ਪਤਾ ਲੱਗੂਗਾ ਅੱਜ ਖਾਣਾ ਖਾਣ ਦਾ ਕਿੰਨਾ ਆਨੰਦ ਆਇਆ। ਕਿਉਂਕਿ ਉਹਨੇ ਖਾਣਾ ਖਾਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਪੇਟ ਇੰਨਾ ਹਲਕਾ ਕਰ ਦੇਣਾ, ਤੁਹਾਨੂੰ ਭੁੱਖ ਲੱਗੂਗੀ, ਤੁਹਾਡੀ ਮਨਪਸੰਦ ਦੀ ਚੀਜ਼ ਖਾਓ। ਪਨੀਰ ਦੇ ਵਿੱਚ ਪਾਲਕ ਨਹੀਂ ਪਾਉਣਾ, ਪਾਲਕ ਦੇ ਵਿੱਚ ਪਨੀਰ ਨਹੀਂ ਪਾਉਣਾ। ਜੇ ਪਾਲਕ ਖਾਣਾ ਇਕੱਲਾ ਖਾ ਲਓ, ਪਨੀਰ ਖਾਣਾ ਇਕੱਲਾ ਖਾ ਲਓ, ਮਤਲਬ ਉਹ ਡਿਸ਼ ਬਣੀਆਂ ਹੋਈਆਂ ਨੇ ਖਾਓ। ਲੇਕਿਨ ਤੁਹਾਨੂੰ ਲੱਗੂਗਾ ਵੀ ਅੱਜ ਕੱਲ੍ਹ ਗੋਇਲ ਸਾਹਿਬ ਮੈਨਿਊ ਵਿਗਾੜਨ ਲੱਗੇ ਹੋਏ ਨੇ ਸਾਡਾ, ਮੈਂ ਮੈਨਿਊ ਨਹੀਂ ਵਿਗਾੜ ਰਿਹਾ, ਸਮੇਂ ਦੇ ਨਾਲ ਚੀਜ਼ਾਂ ਬਣਦੀਆਂ ਨੇ। ਜਦੋਂ ਪਾਲਕ ਪਨੀਰ ਖਾਂਦੇ ਸੀ ਲੋਕ, ਉਹਨਾਂ ਦੀਆਂ ਫਿਰ ਦੇਹਾਂ ਵੀ ਖਲੀ ਪਹਿਲਵਾਨ ਵਰਗੀਆਂ ਹੁੰਦੀਆਂ ਸੀ, ਹੁਣ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀਆਂ ਚੀਜ਼ਾਂ, ਇਸ ਕਰਕੇ ਉਹਨਾਂ ਨੂੰ ਉਸੇ ਤਰ੍ਹਾਂ ਡਿਵਾਈਡ ਕਰਕੇ ਖਾਣਾ ਪਊਗਾ। ਗੋਇਲ ਸਾਹਿਬ, ਬਹੁਤ ਸਾਰੇ ਲੋਕਾਂ ਨੂੰ ਸਟਮਕ ਪ੍ਰੋਬਲਮ ਹੁੰਦੀ ਹੈ, ਮੈਨੂੰ ਵੀ ਬਹੁਤ ਵਾਰੀ ਹੁੰਦੀ ਹੈ, ਜਿੱਦਾਂ ਸ਼ੂਟਿੰਗ ਪੇਨ ਹੁੰਦੀ ਆ, ਆਉਂਦੀ ਹੈ ਪੇਨ ਚਲੀ ਜਾਂਦੀ ਹੈ, ਤਿੱਖੀ ਤਿੱਖੀ ਪੇਨ ਹੁੰਦੀ ਹੈ, ਅਤੇ ਆਪਾਂ ਕਈ ਵਾਰ ਪੇਨ ਕਿਲਰ ਵੀ ਖਾਂਦੇ ਹਾਂ ਪਰ ਉਹਦੇ ਨਾਲ ਫਰਕ ਨਹੀਂ ਪੈਂਦਾ। ਅਤੇ ਫਿਰ ਪਿੰਡ ਦੇ ਵਿੱਚ ਜਦੋਂ ਆਪਾਂ ਕਿਸੇ ਆਪਣੀ ਮਾਂ ਨੂੰ ਜਾਂ ਕਿਸੇ ਨੂੰ ਕਹਿ ਦਿੰਦੇ ਹਾਂ ਤਾਂ ਉਹ ਕਹਿੰਦੇ ਜੇ ਧਰਨ ਪੈ ਗਈ ਜਾਂ ਕਿਸੇ ਤੋਂ ਮਲਵਾ ਲਓ, ਪਿੰਡ 'ਚੋਂ ਕੋਈ ਮਲ ਕੇ ਚਲਾ ਜਾਂਦਾ ਜਾਂ ਕੌਡੀ ਗਿਰ ਗਈ। ਬਹੁਤ ਸਾਰੀਆਂ ਬਚਪਨ ਦੇ ਵਿੱਚ ਵੀ ਇਹ ਚੀਜ਼ਾਂ ਸੁਣੀਆਂ ਹੋਈਆਂ ਸੀਗੀਆਂ, ਬਟ ਸਾਇੰਸ ਤਾਂ ਧਰਨ ਨੂੰ ਮੰਨਦੀ ਨਹੀਂ। ਸੋ ਆਪਣੇ ਆਯੁਰਵੇਦ ਦੇ ਵਿੱਚ ਕਿੱਦਾਂ ਆ? ਦੇਖੋ ਜਿਹੜੀ ਸਾਇੰਸ ਹੈ ਨਾ ਜੀ, ਉਹ ਆਯੁਰਵੇਦ ਤੋਂ ਬਾਹਰ ਨਹੀਂ ਹੈਗੀ। ਸਾਇੰਟਿਸਟਾਂ ਨੇ, ਜਿੰਨੇ ਵੀ ਸਾਇੰਟਿਸਟ ਹੋਏ ਨੇ ਸਾਡੇ, ਉਹ ਸਾਡੇ ਰਿਸ਼ੀ ਮੁਨੀ ਹੀ ਹੋਏ ਨੇ। ਜਿਹੜਾ ਕੰਮ ਸਪਤ ਰਿਸ਼ੀ ਕਰ ਗਏ, ਉਹ ਫਿਰ ਅੱਗੇ ਜਿੰਨੇ ਮਰਜ਼ੀ ਸਾਇੰਟਿਸਟ ਆ ਜਾਣ, ਉਹ ਗੱਲ ਨਹੀਂ ਬਣ ਸਕਦੀ। ਇੱਕ ਚੀਜ਼ ਹੈ ਕਿ ਜਿਹੜੀ ਧਰਨ ਹੈ,
ਇਹ ਹੁਣ ਹੁਣ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਵੀ ਜਿਹੜਾ ਤੁਹਾਡਾ ਗੱਡੀ ਹੈ ਉਹ ਜਦੋਂ ਅਸੀਂ ਚਲਾਉਂਦੇ ਹਾਂ ਉਹਦੀ ਥੋੜ੍ਹੇ ਦਿਨਾਂ ਬਾਅਦ ਜਾ ਕੇ ਉਹ ਖੱਡਿਆਂ ਖੁੱਡਿਆਂ 'ਚ ਗਿਰਦੀ ਹੈ ਚੱਲਦੀ ਹੈ ਰੋਡ 'ਤੇ, ਅਸੀਂ ਉਹਦੀ ਅਲਾਈਨਮੈਂਟ ਕਰਾਉਂਦੇ ਹਾਂ ਨਾ, ਕਿਤੇ ਉਹਦਾ ਵੇਟ ਕਰਾਉਂਦੇ ਹਾਂ ਕਿਤੇ ਲੈ। ਇਸ ਤਰ੍ਹਾਂ ਹੀ ਸਾਡੀ ਜਿਹੜੀ ਬਾਡੀ ਆ ਇਹਦਾ ਜਿਹੜਾ ਸਕੈਲਟਨ ਆ ਸਾਡਾ ਉਹਦੇ ਵਿੱਚ ਇੱਕ ਬੈਲੈਂਸ ਹਿੱਲਦਾ ਹੈ। ਕਈ ਵਾਰੀ ਤੁਸੀਂ ਦੇਖੋ ਕਿ ਇੱਕ ਨਾ ਆਉਂਦਾ ਹੈਗਾ ਤੇਲ, ਤੁਹਾਨੂੰ ਜੇ ਕਦੇ ਧਰਨ ਪੈਂਦੀ ਆ ਤੁਸੀਂ ਆਪਦੀ ਧੁੰਨੀ ਦੇ ਵਿੱਚ ਲਸਣ ਦਾ ਤੇਲ ਅਤੇ ਪਿਆਜ਼ ਦਾ ਤੇਲ ਮਿਲਾ ਕੇ ਲਾਓ ਜੀ। ਜੇ ਤੁਹਾਨੂੰ ਲਸਣ ਪਿਆਜ਼ ਦਾ ਤੇਲ ਨਹੀਂ ਮਿਲਦਾ ਤਾਂ ਦੋਨਾਂ ਦਾ ਰਸ ਕੱਢ ਲਓ, ਰਸ ਕੱਢ ਕੇ ਉਹ ਰਸ ਲਾਓ, ਤੁਸੀਂ ਦੇਖੋ ਸ਼ਾਂਤ ਆ ਜਾਣਾ ਜਦੀ ਪੇਟ ਤੁਹਾਡਾ, ਮਤਲਬ ਪੇਟ 'ਚ ਦਰਦ ਹੋ ਰਿਹਾ, ਪੇਟ 'ਚ ਗੈਸ ਬਣ ਰਹੀ ਹੈ, ਪੇਟ 'ਚ ਕਬਜ਼ ਹੋ ਰਹੀ ਹੈ। ਅੱਛਾ, ਧਰਨ ਦਾ ਇੱਕ ਸਭ ਤੋਂ ਵੱਡਾ ਕੀ ਸਿਮਟਮ ਆ ਕਿ ਜਦੋਂ ਤੁਹਾਨੂੰ ਧਰਨ ਹੋ ਗਈ, ਧਰਨ ਪੈ ਰਹੀ ਆ, ਤੁਸੀਂ ਲੱਖ ਦਵਾਈਆਂ ਖਾਈ ਜਾਓ, ਕੋਈ ਚੀਜ਼ ਕਰੀ ਜਾਓ, ਤੁਹਾਨੂੰ ਫਾਇਦੇ ਨਹੀਂ ਕਰਦੀ, ਉਹ ਬਾਈਪਾਸ ਹੋਈ ਜਾਂਦੀ ਹੈ। ਕਿਉਂ ਜਿਹੜੀ ਸਹੀ ਚੀਜ਼ ਆ ਉਹ ਹੈ ਜਦੋਂ ਤੱਕ ਤੁਸੀਂ ਆਪਣੀ ਧਰਨ ਸਹੀ ਨਹੀਂ ਕਰਦੇ ਉਦੋਂ ਤੱਕ। ਹੁਣ ਅਸੀਂ ਪਿੱਛੇ ਜੇ ਇੱਕ ਨਾਭੀ ਚੱਕਰ ਗੋਲੀ ਬਣਾਈ ਸੀ ਜੀ, ਉਹ ਜਿਹੜੀ ਸਾਡੀ ਵੈਦਵਾਨ ਵੱਲੋਂ ਬਣੀ ਗਈ ਨਾਭੀ ਚੱਕਰ ਗੋਲੀ, ਉਹਦੀ ਸੇਲ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਸੋਚ ਵੀ ਨਹੀਂ ਸਕਦੇ। ਮਤਲਬ ਅਸੀਂ ਉਹਦਾ ਸੋਚਿਆ ਸੀਗਾ ਵੀ ਸਾਡੀ ਇੱਕ ਇੱਕ ਮਤਲਬ ਕਿ ਸਾਲ ਦੇ ਵਿੱਚ ਲੱਖ ਗੋਲੀ ਦੀ ਸੇਲ ਹੋਊਗੀ, ਇਹ ਤੋਂ ਵੱਧ ਨਹੀਂ ਹੋਣੀ ਜੀ। ਪਰ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਸਾਡਾ ਜਿਹੜਾ 4 ਕਰੋੜ ਪਬਲਿਕ ਆ ਉਹ ਸਭ ਨੂੰ ਚਾਹੀਦੀ ਆ, ਉਹ ਅਸੀਂ ਦਿੱਤੀ ਤਾਂ ਅੱਜ ਸਾਡੇ ਕੋਲ ਉਹਦੀ ਇਕੱਲੀ ਦੀ ਸਪਲਾਈ ਨਹੀਂ ਪੂਰੀ ਹੁੰਦੀ। ਅਸੀਂ ਨਾਭੀ ਟੱਚ ਤੇਲ ਬਣਾਇਆ ਲਸਣ ਅਤੇ ਪਿਆਜ਼ ਨੂੰ ਬਣਾ ਕੇ, ਉਹ ਤੋਂ ਅਸੀਂ ਓਇਲ ਤਿਆਰ ਕੀਤਾ, ਉਹਦੀ ਕੁਆਂਟਿਟੀ ਪੂਰੀ ਨਹੀਂ ਹੁੰਦੀ ਸਾਡੇ ਕੋਲੋਂ। ਇਟ ਮੀਨਸ ਲੋਕ ਵਿਸ਼ਵਾਸ ਕਰਦੇ ਆ, ਸਾਇੰਸ ਕਰੇ ਨਾ ਕਰੇ, ਜਿਹੜੀ ਚੀਜ਼ ਨੂੰ ਪਬਲਿਕ ਵਿਸ਼ਵਾਸ ਕਰਦੀ ਆ ਪਬਲਿਕ ਤੋਂ ਵੱਡੀ ਸਾਇੰਸ ਨਹੀਂ ਹੈਗੀ। ਬਿਲਕੁਲ, ਜਿਹੜਾ ਜਿਹੜਾ ਤੁਸੀਂ ਅਨੁਭਵ ਕਰ ਸਕਦੇ ਹੋ ਉਹ ਸਾਇੰਸ। ਹਾਂ, ਸਾਇੰਸ ਜਿਹੜੀ ਆ ਆਪਣੀ ਜਗ੍ਹਾ ਠੀਕ ਆ, ਸਾਇੰਸ ਸਾਨੂੰ ਦੱਸ ਦਿੰਦੀ ਆ ਵੀ ਅੱਜ ਤੋਂ ਦੋ ਦਿਨ ਬਾਅਦ ਮੀਂਹ ਪਊਗਾ, ਅੱਜ ਤੋਂ 2 ਦਿਨ ਬਾਅਦ ਮੌਸਮ ਤੋਂ ਪਲਾ ਰਹੂਗਾ, ਸਾਇੰਸ ਸਾਨੂੰ ਦੱਸ ਦਿੰਦੀ ਆ ਫਲਾਣੀ ਜਗ੍ਹਾ ਗੋਲਾਬਾਰੀ ਹੋਣ ਵਾਲੀ ਆ। ਸਾਇੰਸ ਜਿਹੜੇ ਕੰਮ ਕਰ ਸਕਦੀ ਆ ਉਹੀ ਕਰ ਸਕਦੀ ਆ। ਜੇ ਹੁਣ ਸਾਇੰਸ ਕਹੇ ਵੀ ਇਨਸਾਨ ਦੀ ਬੋਡੀ 'ਚ ਧਰਨ ਪਊਗੀ ਕਿ ਨਹੀਂ ਪਊਗੀ, ਉਹ ਤਾਂ ਇੱਕ ਵੈਦ ਨੂੰ ਪਤਾ। ਹੁਣ ਵੈਦ ਨਾੜੀ ਦੇਖ ਕੇ ਸਾਰਾ ਕੁਝ ਦੱਸ ਦਿੰਦਾ, ਐਕਸਰੇ ਕਰ ਦਿੰਦਾ ਇਨਸਾਨ ਦਾ। ਮੈਂ ਕਹਿੰਦਾ ਅੱਜ ਦੀ ਜਿਹੜੀ ਅਲਟਰਾਸਾਊਂਡ ਮਸ਼ੀਨ ਹੈ ਜਾਂ ਤੁਹਾਡੀ ਉਹ ਕੀ ਉਹਨੂੰ ਕਹਿੰਦੇ ਨੇ ਸਿਟੀ ਸਕੈਨ ਮਸ਼ੀਨ ਹੈ, ਉਹ ਨਹੀਂ ਉਹ ਦੱਸ ਸਕਦੀ ਜਿਹੜੀ ਇੱਕ ਵੈਦ ਦੱਸ ਦਿੰਦਾ। ਮਤਲਬ ਠੀਕ ਹੈ, ਅੱਜ ਕੱਲ੍ਹ ਗਿਣੇ ਚੁਣੇ ਵੈਦ ਨੇ ਇਹੋ ਜਿਹੜੇ ਉਹ ਦੱਸ ਸਕਦੇ ਨੇ, ਪਰ ਧਰਨ ਜਿਹੜੀ ਆ ਉਹਦਾ ਸਭ ਤੋਂ ਵਧੀਆ ਜਿਹੜਾ ਟ੍ਰੀਟਮੈਂਟ ਆ ਉਹ ਨਾਭੀ ਚੱਕਰ ਓਇਲ ਹੈ, ਨਾਭੀ ਚੱਕਰ ਟੈਬਲੇਟ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਲੈ ਕੇ ਉਹਨੂੰ ਸੈੱਟ ਕਰ ਸਕਦੇ ਹੋ। ਪਰ ਜੇ ਤੁਸੀਂ ਘਰੇ ਕਰਨੀ ਆ ਤਾਂ ਉਹਦੇ ਵਾਸਤੇ ਇੱਕ ਸਭ ਤੋਂ ਵਧੀਆ ਚੀਜ਼ ਹੈ ਲਸਣ ਦਾ ਅਤੇ ਪਿਆਜ਼ ਦਾ, ਤੁਸੀਂ ਰਸ ਕੱਢ ਕੇ ਲੈ ਲਓ, ਅਤੇ ਜਾਂ ਆਪਣੇ ਸਰ੍ਹੋਂ ਦਾ ਤੇਲ ਜਿਹੜਾ ਹੈਗਾ ਇੱਦਾਂ 2 ਉਂਗਲੀਆਂ ਇੱਧਰ ਕੰਨ 'ਚ, 2 ਇੱਧਰ ਅਤੇ ਇੱਦਾਂ ਨੱਕ 'ਚ ਲਗਾ ਕੇ ਅਤੇ ਨਾਲ ਥੋੜ੍ਹਾ ਜਿਹਾ ਧੁੰਨੀ 'ਚ ਤੇਲ ਲਾ ਕੇ ਰਾਤ ਨੂੰ ਸੋਵੋ, ਹੱਥਾਂ ਪੈਰਾਂ ਨੂੰ ਤੇਲ ਲਾਇਆ ਕਰੋ। ਜਿੰਨਾ ਨਰਵ ਸਿਸਟਮ ਤੁਹਾਡਾ ਲੁਬਰੀਕੇਟ ਰਹੂਗਾ ਉਨੀ ਤੁਹਾਡੀ ਬੋਡੀ ਸੈੱਟ ਰਹੂਗੀ। ਗੱਲ ਸੀਗੀ ਧਰਨ ਦੀ, ਗੱਲ ਸੀ ਪੇਟ 'ਚ ਦਰਦ ਦੀ, ਗੱਲ ਆਪਾਂ ਕੁਛ ਹੋਰ ਕੀਤੀ ਹੈ। ਗੱਲ ਇਹ ਹੈ ਵੀ ਇਹ ਮਤਲਬ ਇਹ ਨਹੀਂ ਜੇ ਗੋਡਾ ਦੁਖਦਾ ਗੋਡੇ 'ਚ ਟੀਕਾ ਲੱਗੂ ਤਾਂ ਠੀਕ ਹੋਊ, ਟੀਕਾ ਤਾਂ ਫਿਰ ਪੁੜੇ 'ਚ ਹੀ ਲੱਗਦਾ। ਮਤਲਬ ਕਹਿਣ ਦਾ ਵੀ ਦਵਾਈ ਅਸੀਂ ਉਹੀ ਦੇਣੀ ਆ ਜਿਹਦੇ ਨਾਲ ਪ੍ਰੋਪਰ ਠੀਕ ਹੋਣਾ। ਜਦੋਂ ਤੁਸੀਂ ਆਪਦਾ ਨਾਭੀ ਚੱਕਰ ਠੀਕ ਕਰ ਲਿਆ, ਹੁਣ ਤੁਸੀਂ ਧੁੰਨੀ ਨੂੰ ਦਿੰਦੇ ਕੀ ਉਹ ਕੁਛ ਵੀ ਨਹੀਂ, ਸਵੇਰੇ ਉੱਠ ਕੇ ਦੇਖਿਆ ਕਰੋ ਧੁੰਨੀ 'ਚ ਆਪਾਂ ਫੂਸ ਜਿਹਾ ਕੱਢਦੇ ਹਾਂ ਜੀ, ਨਿਕਲਦਾ ਨਾ ਜੀ, ਕਿਉਂਕਿ ਸਾਡੀ ਧੁੰਨੀ ਸੱਕ ਕਰਦੀ ਆ, ਉਹ ਭੁੱਖੀ ਆ, ਮੰਗਦੀ ਆ, ਉਹਨੂੰ ਅਸੀਂ ਦਿੰਦੇ ਕੁਛ ਨਹੀਂ, ਉਹ ਫਿਰ ਸਾਡੀਆਂ ਬਣਾਉਣਾ ਬਣਾਉਣਾ ਕੱਪੜਿਆਂ 'ਚੋਂ ਖਿੱਚ ਲੈਂਦੀਆਂ ਜਿੱਦਾਂ ਕੁ, ਫਿਰ ਉਹ ਜਿਹਾ ਜਿਹਾ ਉਹ ਖਿੱਚਦੀ ਉਹੋ ਜਿਹਾ ਤੁਹਾਡਾ ਪੇਟ ਹੋਊਗਾ, ਜਿੱਥੇ ਜਿੱਥੇ ਫਸੂਗਾ ਉੱਥੇ ਉੱਥੇ ਉਹਨੇ ਨੁਕਸਾਨ ਕਰਨਾ। ਤਾਂ ਇਸ ਕਰਕੇ ਉਹਨੂੰ ਤਰ ਰੱਖਿਆ ਕਰੋ, ਚਾਹੇ ਤੇਲ ਨਾਲ, ਚਾਹੇ ਕਿਸੇ ਵੀ ਚੀਜ਼ ਨਾਲ ਜਿਹੜੀ ਵੀ ਤੁਹਾਨੂੰ ਅੱਛੀ ਲੱਗਦੀ ਆ। ਵੈਸੇ ਤਾਂ ਮੈਂ ਕਹਿਣਾ ਉਹਨਾਂ ਦੇਸੀ ਘਿਓ ਦਾ ਗੋਲ ਜਾਂ ਲੱਡੂ ਜਾਂ ਗੋਲੀ ਜੀ ਬਣਾ ਕੇ ਉਹਦੇ 'ਤੇ ਧਰ ਕੇ ਉੱਤੇ ਟੇਪ ਲਾ ਦਿਆ ਕਰੋ, ਤਾਂ ਕਿ ਉਹਨੂੰ ਆਪਣੀ ਖੁਰਾਕ ਪੂਰੀ ਮਿਲ ਜਾਏ, ਥੋੜ੍ਹੇ ਦਿਨਾਂ 'ਚ ਰੱਜ ਜੂ, ਤੁਹਾਡੇ ਚਿਹਰੇ 'ਤੇ ਨਜ਼ਰ ਆਊਗੀ ਉਹਦੀ ਚਮਕ। ਚਲੋ, ਇਹ ਸੀ ਆਯੁਰਵੇਦਾ ਵਰਦਾਨ ਦੇ ਸੁਭਾਸ਼ ਗੋਇਲ ਜੀ ਨਾਲ ਖੂਬਸੂਰਤ ਗੱਲਬਾਤ, ਤੁਹਾਨੂੰ ਵੀ ਚੰਗੀ ਲੱਗੇ ਹੋਏਗੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਟਾਈਮ ਸਾਡਾ ਖੂਬਸੂਰਤ ਕਿਸ ਤਰ੍ਹਾਂ ਲੰਘ ਗਿਆ। ਸੋ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਸੁਭਾਸ਼ ਗੋਇਲ ਜੀ, ਉਹਨਾਂ ਦਾ ਚੰਗਾ ਵੀ ਪਿਆਰਿਓ, ਆਪਾਂ ਫੇਰ ਵੀ ਮਿਲਾਂਗੇ, ਅੰਬਰਾਂ ਦੇ ਤਾਰਿਓ ਆਪਾਂ ਫੇਰ ਵੀ ਮਿਲਾਂਗੇ। ਥੈਂਕ ਯੂ ਸਰ ਸਾਡੇ ਨਾਲ। ਥੈਂਕ ਯੂ ਜੀ, ਧੰਨਵਾਦ ਜੀ ਸਾਰਿਆਂ ਦਾ।